ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਸ ਵੇਲੇ ਅਸੀਂ ਸ਼੍ਰੀ ਗੁਰੂ ਰਵਿਦਾਸ ਟੈਂਪਲ ਸਾਊਥ ਹਾਲ ਉਹਦੇ ਬਾਹਰ ਖੜ੍ਹੇ ਹਾਂ, ਅਤੇ ਇਹ ਜਿਹੜੇ ਸੰਗਤਾਂ ਆ ਇੰਤਜ਼ਾਰ ਕਰ ਰਹੀਆਂ, ਇੱਥੇ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਪਹੁੰਚ ਰਹੇ ਆ, ਅਤੇ ਉਹਨਾਂ ਦਾ ਇੰਤਜ਼ਾਰ ਹੋ ਰਿਹਾ ਆ। ਸੋ ਸਾਰੀਆਂ ਸੰਗਤਾਂ ਕੀ ਹਾਲ ਧਾਲੀਵਾਲ ਸਾਹਿਬ, ਠੀਕ ਠਾਕ ਹੋ? ਉਹ ਕਾਫੀ ਪਤਵੰਤ ਸੱਜਣ ਜਿਹੜੇ ਇੱਥੇ ਆਏ ਹੋਏ ਆ, ਉਹਨਾਂ ਦਾ ਇੰਤਜ਼ਾਰ ਕਰ ਰਿਹਾ। ਕੁਲਵੰਤ ਸਿੰਘ ਜੀ ਧਾਲੀਵਾਲ ਕੈਂਸਰ ਵਾਲੇ, ਅਤੇ ਗਰੇਵਾਲ ਸਾਹਿਬ ਹੋਰ ਸੌਦਾਲ ਦੀਆਂ ਜਿਹੜੀਆਂ ਮੰਨੀਆਂ ਪ੍ਰਵੰਨੀਆਂ ਸ਼ਖਸੀਅਤਾਂ ਉਹ ਵੀ ਇੱਥੇ ਪਹੁੰਚੀਆਂ ਹੋਈਆਂ ਇੰਤਜ਼ਾਰ। ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਸਭਾ ਦੇ ਜਿਹੜੇ ਪ੍ਰਬੰਧਕ ਆ ਉਹ ਵੀ ਇੰਤਜ਼ਾਰ ਕਰ ਰਹੇ ਆ। ਸੋ ਸਿੰਘ ਸਾਹਿਬ ਜੀ ਆ ਰਹੇ ਆ, ਆਹ ਗੱਡੀ ਜਿਹੜੀ ਉਹਨਾਂ ਦੀ ਆ ਗਈ। ਸਾਹਿਬ ਪਹੁੰਚੇ ਹਨ, ਉਹਨਾਂ ਦਾ ਜੀ ਆਪਣਾ ਹੈ।
ਸਰਦਾਰ ਬੇਨਤੀ ਕਰ ਰਿਹਾ ਸੀ ਸਿੰਘ ਸਾਹਿਬਾਨ ਜੁਗੋ ਜੁਗ ਢਾਲ ਚਮਰ ਸ਼ਤਰ ਦੇ ਮਾਲਕ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜੂਰ ਜੁੜ ਬੈਠੀ ਪਰਮ ਸਤਿਕਾਰ ਜੋ ਗੁਰੂ ਪ੍ਰੀਤ ਸਾਹਿਬ ਸਿੰਘ ਜੀ ਜੈ ਗੁਰਦੇ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਹਿਬ ਸਿੰਘ ਜੀ ਜਿਸ ਤਰ੍ਹਾਂ ਅਰਦਾਸ ਨੇ ਪਹਿਲਾਂ ਬੇਨਤੀ ਕੀਤੀ ਸੀ ਹਰ ਸਾਲ ਸਾਹਿਬ ਸ਼੍ਰੀ ਗੁਰੂ ਅਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੋਂ ਲੈ ਕੇ ਸਾਹਿਬ ਸ਼੍ਰੀ ਗੁਰੂ ਅਰਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੱਕ ਜੋ ਸਮੂਹ ਸੰਗਤਾਂ ਵੱਲੋਂ ਸ਼੍ਰੀ ਅਖੰਡ ਜਪਾਂ ਦੀ ਲੜੀ ਦੀ ਸੇਵਾ ਲਗਾਤਾਰ ਕੀਤੀ ਜਾਂਦੀ ਹੈ। ਇਸ ਹਫ਼ਤੇ ਦੀ ਸੇਵਾ ਹਰ ਸਾਲ ਦੀ ਤਰ੍ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਹੀਥਰੋ ਏਅਰਪੋਰਟ ਦੇ ਮੌਜੂਦਾ ਅਤੇ ਰਿਟਾਇਰਡ ਸਟਾਫ ਦੇ ਮੈਂਬਰਾਂ ਵੱਲੋਂ ਕੀਤੀ ਗਈ ਹੈ। ਅਸੀਂ ਉਹਨਾਂ ਦਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਆਪ ਜੀ ਨੇ ਗੁਰੂ ਘਰ ਵਿੱਚ ਸੇਵਾਵਾਂ ਕੀਤੀਆਂ ਹਨ। ਪਾਤਸ਼ਾਹ ਬਖਸ਼ਿਸ਼ ਕਰਨ, ਉਹਨਾਂ ਦੇ ਪਰਿਵਾਰ ਨੂੰ ਸਿਹਤੀ ਕਲਾ ਤੰਦਰੁਸਤੀ ਬਖਸ਼ਿਸ਼ ਕਰਨ ਅਰਦਾਸ ਬੇਨਤੀ ਹੈ। ਉਪਰੰਤ ਗੁਰੂ ਪਿਆਰੇ ਸਾਹਿਬ ਸਿੰਘ ਜੀ ਸ਼੍ਰੀ ਗੁਰੂ ਅਰਦਾਸ ਸਭਾ ਸੰਗਤ ਦੇ ਨੇ ਅੱਜ ਇੱਕ ਇਤਿਹਾਸਿਕ ਦਿਨ ਹੈ। ਸਾਡੇ ਲਈ ਖੁਸ਼ੀ ਵੀ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਹਿਬ ਸ਼੍ਰੀ ਗੁਰਦਾਸ ਜੀ ਮਹਾਰਾਜ ਅਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਾਮ ਲੇਵਾ ਸੰਗਤਾਂ, ਸਿੱਖ ਧਰਮ ਸਿੱਖ ਸਮਾਜ ਦੀ ਸਿਰਮੌਰ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ, ਦ ਪਰਸਨ ਹੂ ਹੋਲਡ ਦ ਮੋਸਟ ਰਿਸਪੈਕਟਡ ਐਂਡ ਦ ਮੋਸਟ ਰਿਸਪੋਂਸੀਬਲ ਪੋਸਟ ਇਨ ਦ ਸਿੱਖ ਵਰਲਡ, ਬਹੁਤ ਹੀ ਸਤਿਕਾਰ ਜੋ ਭਾਈ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ ਜੋ ਸੰਗਤਾਂ ਵਿੱਚ ਨਤਮਸਤਕ ਹੋਏ ਹਨ। ਅਸੀਂ ਸਿੰਘ ਸਾਹਿਬ ਜੀ ਨੂੰ ਗੁਰਦੁਆਰਾ ਸਾਹਿਬ ਦੀ ਸਰੂਪ ਪੰਦਰ ਕਮੇਟੀ ਸੰਗਤਾਂ ਵੱਲੋਂ ਬਹੁਤ ਹੀ ਬਹੁਤ ਜੀਆਂ ਆਪਦੇ ਹਾਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਜੋ ਆਪ ਜੀਆਂ ਨੇ ਆਪਦੇ ਬਹੁਤ ਹੀ ਨਿੱਜੀ ਸ਼ਡਿਊਲ 'ਚੋਂ ਸਮਾਂ ਕੱਢ ਕੇ ਗੁਰਦੁਆਰਾ ਵਿਖੇ ਹਾਜ਼ਰੀ ਲਗਵਾਈ ਹੈ। ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਆਪ ਜੀ ਨੂੰ ਗੁਰਦੁਆਰਾ ਸਾਹਿਬ ਵਿਖੇ ਲਿਆਉਣ ਦੇ ਲਈ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸਾਹਿਬ ਮੱਲੀ ਸਾਹਿਬ, ਆਪ ਜੀ ਦਾ ਧੰਨਵਾਦ। ਮੇਰੇ ਛੋਟੇ ਭਾਈ ਸਾਹਿਬ ਦਰਸ਼ਨ ਸਿੰਘ ਜੀ ਨਾਗੀ, ਉਹਨਾਂ ਨੇ ਬਹੁਤ ਜੋ ਹਿੰਮਤ ਕੀਤੀ ਹੈ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਸਾਡੇ ਲੋਕਲ ਮੈਂਬਰ ਪਾਰਲੀਮੈਂਟ ਸਾਹਿਬਾਨ ਵਰਿੰਦਰ ਸ਼ਰਮਾ ਜੀ ਜੋ ਕਿ ਉਹਨਾਂ ਦੀ ਬਾਰਾਂ ਤਰੀਕ ਨੂੰ ਇਲੈਕਸ਼ਨ ਸੀ ਲਾਸਟ ਮੈਂ ਦੱਸ ਰਿਹਾ ਸੀ ਗੁਰਦੁਆਰਾ ਸਾਹਿਬ ਵਿੱਚ ਆਏ ਹਨ, ਉਹਨਾਂ ਦਾ ਵੀ ਧੰਨਵਾਦ। ਉਸ ਦੇ ਨਾਲ ਹੀ ਸਾਡੇ ਬਹੁਤ ਹੀ ਸਤਿਕਾਰ ਜੋ ਕੁਲਵੰਤ ਸਿੰਘ ਜੀ ਧਾਰੀਵਾਲ ਜੋ ਵਰਲਡ ਕੇਅਰ ਕੈਂਸਰ ਦੇ ਮਿਨਿਸਟਰ ਹਨ ਉਹ ਵੀ ਮੌਜੂਦ ਹਨ, ਗਰੇਵਾਲ ਸਿੰਘ ਮੌਜੂਦ ਹਨ ਅਤੇ ਹੋਰ ਵੀ ਸਾਡੇ ਜੋ ਵੀ ਪਤਵੰਤ ਦੇ ਸੱਜਣ ਮੌਜੂਦ ਹਨ, ਅਸੀਂ ਉਹਨਾਂ ਨੂੰ ਗੁਰਦੁਆਰਾ ਸਾਹਿਬ ਨੂੰ ਧੰਨਵਾਦ ਆਖਦੇ ਹਾਂ, ਜੀਆਂ ਆਖਦੇ ਹਾਂ ਕਿ ਆਪ ਨੇ ਗੁਰੂ ਘਰ ਵਿੱਚ ਹਾਜ਼ਰੀ ਲਵਾਈ ਆ। ਪਾਤਸ਼ਾਹ ਬਖਸ਼ਿਸ਼ ਕਰਨ, ਸਭਨਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਪਰਿਵਾਰ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਿਸ਼ ਕਰਨ ਅਰਦਾਸ ਬੇਨਤੀ ਹੈ। ਕਿਉਂਕਿ ਮੈਨੂੰ ਪਤਾ ਹੈ ਕਿ ਆਪ ਜੀ ਨੇ ਜਾਣਾ ਹੈ, ਬਹੁਤ ਸਮਾਂ ਨਾਲ ਰਹਿੰਦਾ ਹੈ, ਦਸ ਪ੍ਰਧਾਨ ਸਾਹਿਬ ਨੂੰ ਬੇਨਤੀ ਕਰੇਗਾ ਕਿ ਸਿੰਘ ਸਾਹਿਬਾਨ ਜੀ ਦਾ ਗੁਰੂ ਘਰ ਵਿਖੇ ਆਇਆਂ ਨੂੰ ਜੀ ਆਇਆਂ ਆਖਣ ਅਤੇ ਆਪ ਦੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨ। ਸ਼੍ਰੀ ਗੁਰਦਾਸ ਸਭਾ ਸੰਗਤ ਸਾਹਿਬ ਦੇ ਪ੍ਰਧਾਨ ਸਾਹਿਬ ਜੋ ਰਾਜੀ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬਿਰਾਜਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਸਾਹਿਬ ਸਿੰਘ ਜੀ ਜੈ ਗੁਰਦੇਵ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਅਰਦਾਸ ਸਭਾ ਸਾਊਥਲ ਨੂੰ ਅੱਜ ਬਹੁਤ ਹੀ ਮਾਣ ਵਾਲੀ ਗੱਲ ਮੈਂ ਸਮਝ ਸਕਦਾ ਕਿਉਂਕਿ ਅੱਜ ਸੰਗਤਾਂ ਦੇ ਵਿੱਚ ਮੌਜੂਦ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਹਰਪ੍ਰੀਤ ਸਿੰਘ ਜੀ ਸੰਗਤਾਂ ਵਿੱਚ ਮੌਜੂਦ ਨੇ, ਗੁਰੂ ਘਰ ਵਿੱਚ ਆ ਕੇ ਉਹਨਾਂ ਨੇ ਦਰਸ਼ਨ ਦਿੱਤੇ। ਸਭ ਤੋਂ ਪਹਿਲਾਂ ਮੈਂ ਉਹਨਾਂ ਨੂੰ ਜੀਆਂ ਕਹਿੰਦਾ
ਸਮੁੱਚੀ ਸਾਧ ਸੰਗਤ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਜਿੱਥੇ ਗੱਲ ਆਉਂਦੀ ਹੈ ਉਸ ਤਖਤ ਤੋਂ ਉੱਪਰਾ ਕੋਈ ਚੀਜ਼ ਨਹੀਂ ਔਰ ਉਸ ਤਖਤ ਦੇ ਜਥੇਦਾਰ ਜਦੋਂ ਸਾਧ ਸੰਗਤ ਦੇ ਰੂਪ ਦੇ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਆ ਅਤੇ ਸੰਗਤਾਂ ਵੱਲ ਭਾਗੀ ਹੋ ਜਾਂਦੇ ਆ। ਅੱਜ ਇਹ ਹਿਸਟਰੀ ਦੇ ਵਿੱਚ ਪਹਿਲਾ ਦਿਨ ਹੋਏਗਾ ਕਿ ਮੇਰਾ ਖਿਆਲ ਹੈ ਕਿ ਸ੍ਰੀ ਗੁਰੂ ਅਰਦਾਸ ਸਭਾ ਸਮੁੱਚੇ ਸੰਸਾਰ ਵਿੱਚ ਅੱਜ ਸਭ ਤੋਂ ਪਹਿਲਾਂ ਮੈਂ ਸਮਝਦਾ ਕਿ ਅੱਜ ਸ੍ਰੀ ਗੁਰੂ ਅਰਦਾਸ ਸਭਾ ਸਾਊਥ ਹਾਲ ਨੂੰ ਇਹ ਸੁਭਾਗ ਮਿਲਿਆ। ਸਿੱਖ ਜਗਤ ਦੇ ਵਿੱਚ ਅਸੀਂ ਗੱਲ ਬਰਾਬਰਤਾ ਦੀ ਕਰਦੇ ਹਾਂ, ਹਮੇਸ਼ਾ ਹੀ ਅਸੀਂ ਇਹ ਕਹਿੰਦੇ ਹਾਂ ਔਰ ਇਹ ਹੈ ਕਿ ਸਮੁੱਚੇ ਸੰਸਾਰ ਵਿੱਚ ਅਗਰ ਕਿਸੇ ਧਰਮਾਂ ਦੀ ਆਪਾਂ ਗੱਲ ਕਰੀਏ ਤਾਂ ਸਭ ਤੋਂ ਉੱਤਮ ਧਰਮ, ਸਭ ਤੋਂ ਉੱਤਮ ਸਾਡਾ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਸ ਦੀ ਛਤਰਛਾਇਆ ਦੇ ਹੇਠ ਇਹ ਸੰਸਾਰ ਵਿਚਰ ਰਿਹਾ, ਉਹ ਇੱਕ ਬਰਾਬਰਤਾ ਦੀ ਗੱਲ ਕਰਦਾ। ਲੇਕਿਨ ਕਿਤੇ ਕਿਤੇ ਸਾਡੀ ਪਛੋਕੜ, ਕਿਤੇ ਕਿਤੇ ਸਾਡੀ ਸੋਚ ਇੰਨੀ ਨੀਵੀਂ ਹੋ ਜਾਂਦੀ ਹੈ ਕਿ ਅਸੀਂ ਉਸ ਜਿਸ ਸਮਾਜ ਦੀ ਗੱਲ ਕਰਦੇ ਹਾਂ, ਜਿਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹਾਂ ਅਸੀਂ ਕਈ ਵਾਰੀ ਉਹਨੂੰ ਪਛਾੜ ਨਹੀਂ ਸਕਦੇ। ਅੱਜ ਸਾਡੇ ਲਈ ਬਹੁਤ ਵਧੀਆ ਮੌਕਾ ਔਰ ਬਹੁਤ ਹੀ ਉੱਤਮ ਮੌਕਾ ਸਾਡੇ ਵਿੱਚ ਜਥੇਦਾਰ ਸਾਹਿਬ ਜਿਨ੍ਹਾਂ ਦਾ ਉੱਥੋਂ ਹੁਕਮਨਾਮ ਜਾਰੀ ਹੋਇਆ, ਹੁਕਮਨਾਮਾ ਸਾਰੇ ਸੰਸਾਰ ਵਿੱਚ ਲਾਗੂ ਹੁੰਦਾ ਔਰ ਸਿੱਖ ਧਰਮ ਦੇ ਵਿੱਚ ਖਾਸ ਕਰਕੇ ਜਿਸ ਵੇਲੇ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਮਨੁੱਖਤਾ ਦੇ ਲਈ ਹਰ ਇੱਕ ਇਨਸਾਨ, ਹਰ ਇੱਕ ਬਰਾਦਰੀ, ਹਰ ਇੱਕ ਕੌਮ, ਹਰ ਇੱਕ ਇਨਸਾਨ ਬਰਾਬਰ ਹੈ। ਕਈ ਵਾਰੀ ਦੇਖਣ ਵਿੱਚ ਆਇਆ ਬਹੁਤ ਸਾਰੀਆਂ ਤਰੁੱਟੀਆਂ ਹੋ ਜਾਂਦੀਆਂ, ਲੇਕਿਨ ਮੈਂ ਇਹ ਬੇਨਤੀ ਕਰੂੰਗਾ ਜਥੇਦਾਰ ਸਾਹਿਬ ਨੂੰ, ਅਗਰ ਕਿਤੇ ਇਹ ਹੁੰਦੀ ਹੈ, ਕਿਉਂਕਿ ਸਾਡੇ ਕੋਲ ਵੀ ਰਿਪੋਰਟ ਮਿਲ ਜਾਂਦੀ ਹੈ, ਬਹੁਤ ਸਾਰੀਆਂ ਹੋ ਜਾਂਦੀਆਂ, ਬੇਨਤੀਆਂ ਅਰਦਾਸਾਂ ਅਸੀਂ ਕਰਦੇ ਹਾਂ ਉਸ ਮਾਲਕ ਦੇ ਚਰਨਾਂ ਵਿੱਚ ਕਿ ਸਾਨੂੰ ਸਮਰਥ ਬਖਸ਼ਿਸ਼ ਕਰੇ ਪਰਮਾਤਮਾ ਔਰ ਸਾਡੇ ਵਿੱਚ ਅੱਜ ਸਿੱਖ ਧਰਮ ਦੇ ਸਰਮੌਰ ਔਰ ਜਥੇਦਾਰ ਹਰਪ੍ਰੀਤ ਸਿੰਘ ਜੀ, ਜਿਹੜੇ ਕਿ ਬਹੁਤ ਹੀ ਤੁਸੀਂ ਦੇਖਿਆ ਵੀ ਹੋਏਗਾ ਔਰ ਜਾਣਦੇ ਵੀ ਹੋਗੇ, ਬਹੁਤ ਵਿਦਵਾਨ ਨੇ, ਬਹੁਤ ਹੀ ਇਹਨਾਂ ਦੀ ਜਿਹੜੀ ਸੋਚਣੀ ਹੈ ਉਹ ਪਵਿੱਤਰ ਹੈ। ਅਸੀਂ ਬੇਨਤੀ ਕਰਦੇ ਹਾਂ ਕਿ ਕਿਤੇ ਵੀ ਕਿਸੇ ਵੀ ਕੌਮ ਦੇ ਲਈ ਕੋਈ ਇਹੋ ਜਿਹੀ ਗੱਲ ਆਉਂਦੀ ਹੈ ਤਾਂ ਉਹਦੇ 'ਤੇ ਜ਼ਰੂਰ ਸਾਡੀਆਂ ਬੇਨਤੀਆਂ, ਉਸਨੂੰ ਜ਼ਰੂਰ ਦੇਖਿਆ ਜਾਵੇ ਔਰ ਅਸੀਂ ਅੱਜ ਸਮੁੱਚੇ ਸੰਸਾਰ ਦੇ ਭਾਈਚਾਰੇ ਵੱਲੋਂ ਸਤਿਗੁਰੂ ਅਰਦਾਸ ਮਹਾਰਾਜ ਜੀ ਦੇ ਇਸ ਦਰਬਾਰ ਵਿੱਚ
ਜਥੇਦਾਰ ਸਾਹਿਬ ਜੀ ਦਾ ਬਹੁਤ ਹੀ ਬਹੁਤ ਧੰਨਵਾਦ ਕਰਦੇ ਹਾਂ। ਉਹਨਾਂ ਨੇ ਸਾਨੂੰ ਦਰਸ਼ਨ ਦਿੱਤੇ ਔਰ ਇਸ ਦੇ ਨਾਲ ਹੀ ਇੱਕ ਖੁਸ਼ੀ ਦੀ ਗੱਲ ਹੋਰ ਵੀ ਹੈ ਸਾਡੇ ਲਈ। ਪਹਿਲਾ ਪ੍ਰੋਗਰਾਮ ਸਾਡਾ ਇਹ ਸੀ ਕਿ ਸਾਡੇ ਇਸ ਇਲਾਕੇ ਦੇ ਇਲੈਕਸ਼ਨ ਹੋਏ ਆ, ਤੁਹਾਨੂੰ ਪਤਾ ਕਿ ਇੰਗਲੈਂਡ ਦੇ ਇਲੈਕਸ਼ਨ ਹੋਏ ਆ 12 ਦਸੰਬਰ ਨੂੰ। ਉਸ ਦੇ ਵਿੱਚ ਸਾਡੇ ਵੱਡੇ ਵੀਰ ਵਰਿੰਦਰ ਸ਼ਰਮਾ ਜੀ ਕਈ ਵਾਰ ਮੇਰੇ 5ਵੀਂ ਵਾਰ ਅੱਜ ਜਿੱਤ ਕੇ ਆਏ ਨੇ। ਮੈਂ ਸ੍ਰੀ ਗੁਰਦਾਸ ਸਭਾ ਦੀ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਵੀ ਵਧਾਈ ਦਿੰਦਾ। ਉਹਨਾਂ ਦਾ ਅੱਜ ਪ੍ਰੋਗਰਾਮ ਸੀ ਆਉਣ ਦਾ, ਲੇਕਿਨ ਇਹ ਇਸ ਦੇ ਨਾਲ ਹੀ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਉਹਨਾਂ ਦੇ ਇਸ ਪ੍ਰੋਗਰਾਮ ਦੇ ਵਿੱਚ ਜਥੇਦਾਰ ਸਾਹਿਬ ਨੇ ਵੀ ਸ਼ਿਰਕਤ ਕੀਤੀ ਔਰ ਉਹਨਾਂ ਦਾ ਵੀ ਆਸ਼ੀਰਵਾਦ ਲੈਣਗੇ ਸਾਡੇ ਵਰਿੰਦਰ ਜੀ। ਔਰ ਕਿਉਂਕਿ ਸਮਾਜ ਹੈ, ਅਸੀਂ ਇੱਕ ਦੂਸਰੇ ਦੇ ਨਾਲ ਚੱਲ ਕੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈ ਕੇ ਅਗਰ ਕੋਈ ਕੰਮ ਕਰਨਾ ਹੈ ਤਾਂ ਮੇਰਾ ਖਿਆਲ ਹੈ ਕਿ ਉਸ ਦੇ ਵਿੱਚ ਬਰਕਤ ਪੈਂਦੀ ਹੈ। ਅਸੀਂ ਸਮਾਜ ਵਿੱਚ ਸੰਸਥਾਵਾਂ ਨੇ, ਹਰ ਇੱਕ ਸੰਸਥਾ ਆਪਣੇ ਤੌਰ 'ਤੇ ਕੰਮ ਕਰਦੀ ਹੈ ਔਰ ਆਪਣੇ ਤੌਰ 'ਤੇ ਆਪਣੇ ਭਾਈਚਾਰੇ ਦੀ ਰਖਵਾਲੀ ਕਰਦੀ ਹੈ। ਲੇਕਿਨ ਇਸ ਤੋਂ ਉੱਪਰ ਉੱਠ ਕੇ ਜਦੋਂ ਆਪਾਂ ਇੱਕ ਮੁਲਕ ਦੀ, ਇੱਕ ਸਮਾਜ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕੋਈ ਜਾਤ ਪਾਤ ਨਹੀਂ, ਕੋਈ ਭਾਗ ਨਹੀਂ, ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ। ਇਹੀ ਸਿੱਖ ਧਰਮ ਸਿਖਾਉਂਦਾ, ਇੱਥੇ ਸਾਨੂੰ ਚੱਲਣ ਦੀ ਜ਼ਰੂਰਤ ਹੈ। ਸੋ ਮੈਂ ਜ਼ਿਆਦਾ ਨਹੀਂ ਕੁਝ ਕਹਿਣਾ, ਬਹੁਤ ਕੁਝ ਕਹਿਣ ਨੂੰ ਹੈ, ਲੇਕਿਨ ਅਸੀਂ ਉਹਨਾਂ ਦਾ ਟਾਈਮ ਹੈ ਜਥੇਦਾਰ ਸਾਹਿਬ ਜੀ ਦਾ। ਮੈਂ ਬੇਨਤੀ ਕਰਾਂਗਾ ਕਿ ਅੱਜ ਆਪਣੇ ਮੁਖਾਰਬਿੰਦ ਤੋਂ ਜਥੇਦਾਰ ਸਾਹਿਬ ਜਥੇਦਾਰ ਹਰਪ੍ਰੀਤ ਸਿੰਘ ਜੀ ਜ਼ਰੂਰ ਆ ਕੇ ਸੰਗਤਾਂ ਨੂੰ ਸੰਬੋਧਨ ਕਰਨ। ਬਹੁਤ ਬਹੁਤ ਧੰਨਵਾਦ, ਇੰਨੀ ਗੱਲ ਕਹਿੰਦਾ ਹੋਇਆ ਇੰਨੀ ਸ਼ਬਦਾਂ ਦੇ ਨਾਲ ਅਗਰ ਮੇਰੇ ਕੋਲ ਸਟੇਜ ਦੇ ਉੱਤੇ ਬੋਲਦਿਆਂ ਵੱਧ ਕਰ ਕਹਿ ਗਿਆ ਕਿਵੇਂ ਜਾ ਕੇ ਖਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਇਥੋਂ ਨਿਹਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ 'ਚ ਜਿਹੜੇ ਬੈਠੀ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ। ਅੱਜ ਅਸੀਂ ਸ੍ਰੀ ਗੁਰੂ ਰਵਿਦਾਸ ਸਭਾ ਸਾਊਥ ਹਾਲ ਦੇ ਇਸ ਸਥਾਨ ਦੇ ਉੱਤੇ ਇਕੱਠੇ ਹੋ ਕੇ ਬੈਠੇ ਹਾਂ। ਜਿਹਨੇ ਹਿੰਦੁਸਤਾਨ ਦਾ ਔਰ ਮਨੁੱਖਤਾ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ, ਉਹ ਹੈ ਜਾਤੀ ਪਾਤੀ ਫਲਸਫਾ। ਸਮਾਜ ਜਦੋਂ ਵੰਡਿਆ ਜਾਂਦਾ ਹੈ, ਚਾਹੇ ਉਹ ਨਸਲਾਂ 'ਚ ਵੰਡਿਆ ਜਾਵੇ, ਚਾਹੇ ਜਾਤਾਂ 'ਚ ਵੰਡਿਆ ਜਾਵੇ, ਚਾਹੇ ਗੁਰਤਾਂ 'ਚ ਵੰਡਿਆ ਜਾਵੇ, ਚਾਹੇ ਧੜਿਆਂ 'ਚ ਵੰਡਿਆ ਜਾਵੇ, ਤਾਂ ਉਸ ਸਮਾਜ ਨੂੰ ਨੁਕਸਾਨ ਉਠਾਉਣਾ ਪੈਂਦਾ। ਹਿੰਦੁਸਤਾਨ ਦੇ ਉੱਤੇ ਇੱਕ ਹਮਲਾਵਰ ਨੇ 17 ਹਮਲੇ ਕੀਤੇ 26 ਸਾਲਾਂ ਦੇ ਵਿੱਚ। 1000 ਤੋਂ ਲੈ ਕੇ 1026 ਈਸਵੀ ਤੱਕ
ਉਹਨੇ ਹਿੰਦੁਸਤਾਨ ਦੇ ਉੱਤੇ 17 ਹਮਲੇ ਕੀਤੇ ਅਤੇ ਉਸ ਹਮਲਾਵਰ ਦਾ ਨਾਮ ਹੈ ਮਹਿਮੂਦ ਗਜ਼ਨਵੀ। ਬੜੀ ਦਿਲਚਸਪ ਕਹਾਣੀ ਮਿਲਦੀ ਹੈ ਇਤਿਹਾਸ ਦੇ ਅੰਦਰ। ਕਹਿੰਦੇ ਗਜ਼ਨਵੀ ਦੀਆਂ ਫੌਜ਼ਾਂ ਜਿਹੜੀਆਂ ਨੇ ਹਿੰਦੁਸਤਾਨ ਦੀ ਧਰਤੀ ਨੂੰ ਰੌਂਦਦੀਆਂ ਹੋਈਆਂ ਅੱਗੇ ਵੱਧ ਰਹੀਆਂ। ਗਜ਼ਨਵੀ ਆਪਣੇ ਘੋੜੇ ਦੇ ਉੱਤੇ ਬੈਠਾ ਆਲੇ ਦੁਆਲੇ ਝਾਕ ਮਾਰਦਾ ਜਾਂਦਾ। ਉਹਨੂੰ ਇੱਕ ਕਿਸਾਨ ਜ਼ਿਮੀਂਦਾਰ ਹਲ ਵਾਹੁੰਦਾ ਨਜ਼ਰ ਹੀ ਪਿਆ। ਬੜੀ ਮਸਤੀ ਨਾਲ ਹਲ ਵਾਹ ਰਿਹਾ ਸੀ, ਕੁਝ ਗੁਣਗੁਣਾ ਵੀ ਰਿਹਾ ਸੀ। ਉਹ ਆਪਣੇ ਸੈਨਿਕਾਂ ਨੂੰ ਕਹਿੰਦਾ ਉਹਨੂੰ ਲਿਆਓ ਬੁਲਾ, ਜੱਟ ਨੂੰ ਲਿਆਓ ਬੁਲਾ। ਬੁਲਾ ਲਿਆਂਦਾ, ਕਹਿੰਦਾ ਉਹ ਗੱਲ ਸੁਣ, ਉਹ ਤੁਹਾਡੇ ਮੁਲਕ 'ਤੇ ਮੈਂ ਹਮਲਾ ਕੀਤਾ ਹੈ, ਤੈਨੂੰ ਕੋਈ ਫਿਕਰ ਨਹੀਂ? ਮਸਤੀ ਨਾਲ ਹਵਾ ਰਹੇ ਉਹ, ਮੈਂ ਕੀ ਕਰਾਂ? ਉਹ ਅੱਗੋਂ ਕਹਿੰਦਾ ਉਹ ਆਉਂਦਾ ਹਥਿਆਰ ਚੁੱਕ ਸਾਡੇ ਨਾਲ ਲੜ, ਸਾਡੀਆਂ ਫੌਜ਼ਾਂ ਦਾ ਮੁਕਾਬਲਾ ਕਰ। ਉਹ ਕਹਿੰਦਾ ਨਹੀਂ, ਮੈਨੂੰ ਅਧਿਕਾਰ ਹੈ ਨਹੀਂ ਗਾ। ਉਹਦਾ ਤੈਨੂੰ ਅਧਿਕਾਰ ਨਹੀਂ ਲੜਨ ਦਾ? ਕਹਿੰਦਾ ਨਾ, ਮੈਨੂੰ ਤਲਵਾਰ ਚੁੱਕਣ ਦਾ ਅਧਿਕਾਰ ਨਹੀਂ ਗਾ। ਇਹ ਕਿਹਨੂੰ ਅਧਿਕਾਰ ਹੈ? ਕਹਿੰਦਾ ਉਹਦਾ ਖਤਰੀਆਂ ਨੂੰ ਹੈ, ਉਹ ਲੜਨਗੇ ਤੇਰੇ ਨਾਲ। ਬੜਾ ਅਜੀਬ ਦੇਸ਼ ਹੈ, ਜਿੱਥੋਂ ਦੇ ਬਛਿੰਦੇ ਕਹਿੰਦੇ ਸਾਨੂੰ ਲੜਨ ਦਾ ਅਧਿਕਾਰ ਹੀ ਨਹੀਂ ਗਾ, ਅਸੀਂ ਇਹਨਾਂ ਨੂੰ ਰੌਂਦਦੇ ਜਾ ਰਹੇ। ਉਹ ਅੱਗੇ ਵਧਿਆ, ਇੱਕ ਮਾਸ਼ਕੀ ਪਾਣੀ ਭਰਦਾ ਮਸ਼ਕ ਲੈ ਕੇ ਆ ਰਿਹਾ ਸੀ। ਉਹ ਵੀ ਮਸਤੀ 'ਚ ਤੁਰਿਆ ਹੁੰਦਾ ਸੀ, ਕੋਈ ਪਰਵਾਹ ਨਹੀਂ ਕਿ ਗਜ਼ਨਵੀ ਦੇ ਲਸ਼ਕਰ ਲੰਘ ਰਹੇ। ਉਹਨੇ ਉਹਨੂੰ ਵੀ ਬੁਲਾ ਲਿਆ, ਕਹਿੰਦਾ ਗੱਲ ਸੁਣ, ਤੁਹਾਡੇ ਮੁਲਕ 'ਤੇ ਅਸੀਂ ਹਮਲਾ ਕੀਤਾ, ਤੂੰ ਲੜਦਾ ਨਹੀਂ ਸਾਡੇ ਨਾਲ, ਤਲਵਾਰ ਚਲਾਉਣੀ ਨਹੀਂ ਜਾਣਦਾ? ਉਹ ਕਹਿੰਦਾ ਜਾਣਦਾ, ਚਲਾਉਣੀ ਵੀ ਜਾਣਦਾ। ਫਿਰ ਕਹਿੰਦਾ ਜੇ ਤਲਵਾਰ ਚਲਾਉਣੀ ਜਾਣਦਾ ਹੈ, ਮੇਰੀ ਫੌਜ ਦਾ ਰਸਤਾ ਕਿਉਂ ਨਹੀਂ ਰੋਕਦੇ ਤੁਸੀਂ ਇਕੱਠੇ ਹੋ ਕੇ ਲੋਕ? ਉਹ ਕਹਿੰਦਾ ਅਸੀਂ ਨਹੀਂ ਰੋਕ ਸਕਦੇ। ਕਿਉਂ? ਕਹਿੰਦਾ ਸਾਨੂੰ ਅਧਿਕਾਰ ਹੀ ਹੈ ਨਹੀਂ। ਅਧਿਕਾਰ ਕਿਹਨੂੰ ਹੈ ਨਹੀਂ? ਤੁਹਾਨੂੰ? ਕਹਿੰਦਾ ਹਾਂਜੀ, ਸਾਨੂੰ ਅਧਿਕਾਰ ਹੀ ਨਹੀਂ। ਕਿਰਤੀਆਂ ਨੂੰ ਅਧਿਕਾਰ ਹੈ ਨਹੀਂ ਹੁੰਦਾ, ਨਾ ਜੁੱਤੀਆਂ ਬਣਾਉਣ ਵਾਲਿਆਂ ਨੂੰ ਅਧਿਕਾਰ ਹੈ, ਨਾ ਕੱਪੜੇ ਸਿਆਉਣ ਵਾਲਿਆਂ ਨੂੰ ਅਧਿਕਾਰ ਹੈ, ਕੱਪੜੇ ਬਣਾਉਣ ਵਾਲਿਆਂ ਨੂੰ ਅਧਿਕਾਰ ਹੈ, ਨਾ ਖੇਤੀਬਾੜੀ ਕਰਨ ਵਾਲਿਆਂ ਨੂੰ ਅਧਿਕਾਰ ਹੈ। ਕਹਿੰਦਾ ਅਧਿਕਾਰ ਕਿਹਨੂੰ? ਕਹਿੰਦਾ ਖਤਰੀਆਂ ਨੂੰ। ਚਲੋ ਠੀਕ ਹੈ, ਕਹਿੰਦੇ ਸਾਡੇ ਤਾਂ ਕਹਾਣੀ ਦਾ ਆਸ ਆਉਣ ਵਾਲੀ ਹੈ, ਸੂਤ ਆਉਣ ਵਾਲੀ ਹੈ। ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਨਾ, ਅਤੇ ਉਹਨਾਂ ਨੇ ਵੇਖਿਆ ਵੀ ਇਸ ਹਿੰਦੁਸਤਾਨ ਦੇ ਅੰਦਰ ਜਿਹੜਾ ਗੁਲਾਮੀ ਦਾ ਜੂੜਾ ਪਿਆ, ਇਹਦੀ ਵਜ੍ਹਾ ਕੀ ਹੈ? ਲੜਨ ਦਾ ਅਧਿਕਾਰ ਜਿਹੜਾ ਦੂਸਰਿਆਂ ਨੂੰ ਦਿੱਤਾ ਨਹੀਂ, ਅਤੇ ਜਿਹਨੂੰ ਅਧਿਕਾਰ ਸੀ ਉਹਨੇ ਉਸ ਅਧਿਕਾਰ ਦਾ ਇਸਤੇਮਾਲ ਨਹੀਂ ਕੀਤਾ। ਤਾਂ ਗੁਰੂ ਨਾਨਕ ਸਾਹਿਬ ਨੂੰ ਕਹਿਣਾ ਪਿਆ, ਖੱਤਰੀਆ ਤਾਂ ਧਰਮ ਛੋਡਿਆ, ਮਲੇਸ਼ ਭਾਥਿਆ ਗਈ, ਉਦੋਂ ਤਾਂ ਆਪਣਾ ਧਰਮ ਹੀ ਛੱਡਤਾ। ਤੇਰਾ ਧਰਮ ਸੀ, ਤੇਰਾ ਫਰਜ਼ ਤੈਅ ਕੀਤਾ ਸੀ ਵਰਨ ਵਿਵਸਥਾ ਨੇ ਕਿ ਤੂੰ ਤਲਵਾਰ ਫੜ ਕੇ ਮੁਲਕ ਦੀ ਰਾਖੀ ਕਰਨੀ ਹੈ, ਕਿ ਤੂੰ ਤਲਵਾਰ ਛੱਡ ਕੇ ਤੱਕੜੀ ਫੜ ਲਈ, ਫਰਜ਼ ਨਹੀਂ ਨਿਭਾਇਆ ਸਹੀ। ਜੇ ਫਰਜ਼ ਨਿਭਾਇਆ ਹੁੰਦਾ ਤਾਂ ਅੱਜ ਆਣ ਦਿਨ ਦੇਖਣੇ ਨਾ ਪੈਂਦੇ ਜਿਹੜੇ ਏਮਨਾਬਾਦ ਦੀ ਧਰਤੀ ਦੇ ਉੱਤੇ ਜ਼ਬਰ ਜ਼ੁਲਮ ਹੋ ਰਿਹਾ ਹੈ। ਇਸ ਲਈ ਇਸ ਵੰਡ ਵਿਵਸਥਾ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ ਮਨੁੱਖਤਾ ਦਾ, ਹਿੰਦੁਸਤਾਨ ਦਾ, ਔਰ ਨੁਕਸਾਨ ਕਰੇਗਾ। ਇੱਕ ਇਤਿਹਾਸਕਾਰ ਹੋਏ ਡਾਕਟਰ ਹਰੀ ਰਾਮ ਗੁਪਤਾ, ਬੜੀ ਸੋਹਣੀ ਗੱਲ ਲਿਖੀ ਹੈ ਉਹਨਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਰੇ। ਉਹ ਕਹਿੰਦੇ
ਜਾਤ ਪਾਤ ਜਿਹੜਾ ਇੱਕ ਹਿੰਦੁਸਤਾਨ ਦੇ ਅੰਦਰ ਭੁਤਰਿਆ ਹੋਇਆ ਮਸਤਿਆ ਹੋਇਆ ਪਗਦ ਹੈ। ਗੁਰੂ ਨਾਨਕ ਸਾਹਿਬ ਨੇ ਉਹਨੂੰ ਲਲਕਾਰਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਹਿੰਦੇ ਉਹਨੂੰ ਸਿੰਘਾਂ ਤੋਂ ਪਕੜ ਕੇ ਜ਼ਮੀਨ ਦੇ ਉੱਤੇ ਪਟਕਾ ਕੇ ਸਿੱਟ ਦਿੱਤਾ ਜਦੋਂ ਇੱਕੋ ਬਾਟੇ 'ਚ ਸਾਰਿਆਂ ਨੂੰ ਖੰਡੇ ਬਾਟੇ ਦੀ ਪੌਲਿਸ਼ ਕਰ ਦਿੱਤੀ। ਪਟਕਾ ਕੇ ਕਹਿੰਦੇ ਉਸ ਮਸਤੇ ਹੋਏ ਬਲਦ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਮੀਨ 'ਤੇ ਸੁੱਟ ਦਿੱਤਾ ਜਦੋਂ ਖੰਡੇ ਬਾਟੇ ਦੀ ਪਹੁਲ ਜਿਹੜੀ ਹੈ ਉਹ ਸਭ ਨੂੰ ਬਰਾਬਰ ਛਕਾ ਦੇ ਬਿਲਕੁਲ ਕਲੀਅਰ ਸਿਧਾਂਤਕ ਤੌਰ ਦੇ ਉੱਤੇ ਸਿੱਖ ਧਰਮ ਦੇ ਅੰਦਰ ਕੋਈ ਵਰਣ ਵਿਵਸਥਾ ਜਾਂ ਜਾਤੀ ਪਾਤੀ ਨੂੰ ਕੋਈ ਜਿਹੜਾ ਅਹਿਮੀਅਤ ਨਹੀਂ ਦਿੱਤੀ ਗਈ, ਲੇਕਿਨ ਅਮਲੀ ਰੂਪ ਦੇ ਵਿੱਚ ਅਸੀਂ ਇਹ ਚੀਜ਼ ਦੇਖਦੇ ਹਾਂ ਮੈਂ ਇੱਕ ਬਹੁਤ ਲੰਬਾ ਸਮਾਂ ਨਹੀਂ ਲੈਣਾ, ਮਹਾਂਪੁਰਖਾਂ ਦਾ ਇੱਕ ਸ਼ਬਦ ਹੈ ਉਹ ਮੈਂ ਆਪਣੀ ਗੱਲ ਸਾਂਝਾ ਕਰਨਾ ਹੈ। ਅਸੀਂ ਵੀ ਅਕਸਰ ਕਹਿੰਦੇ ਹਾਂ ਕਿ ਸਾਡੇ ਨਾਲ ਵਿਤਕਰਾ ਹੁੰਦਾ ਹੈ, ਅਸੀਂ ਹੱਕ ਤਾਂ ਮੰਗਦੇ ਹਾਂ ਕਿ ਸਾਡੇ ਨਾਲ ਵਿਤਕਰਾ ਹੋਣਾ ਨਹੀਂ ਚਾਹੀਦਾ, ਸਾਡਾ ਅਧਿਕਾਰ ਹੈ ਬਰਾਬਰਤਾ ਦਾ, ਬਿਲਕੁਲ ਚੰਗੀ ਗੱਲ ਹੈ, ਲੇਕਿਨ ਜਿੱਥੇ ਸਾਡੇ ਅਧਿਕਾਰ ਹੈ ਉੱਥੇ ਸਾਡੇ ਫਰਜ਼ ਵੀ ਹੈ, ਫਰਜ਼ਾਂ ਦੀ ਪੂਰਤੀ ਨਹੀਂ ਅਸੀਂ ਕਰਦੇ ਤਾਂ ਮਹਾਂਪੁਰਖ ਸਾਨੂੰ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਦੇ ਲਈ ਇੱਕ ਬੜੀ ਖੂਬਸੂਰਤ ਜਿਹੜੀ ਹੈ ਉਦਾਹਰਣ ਦਿੰਦੇ ਹਾਂ। ਧਿਆਨ ਦਿਓ ਕੀ ਕਹਿੰਦੇ, ਕਹਿੰਦੇ ਨਾਗਰ ਜਨਾ ਮੇਰੀ ਜਾਤ ਵਿਖਿਆ ਚਮਾਰਨ। ਹਾਂ ਨਗਰ ਦੇ ਲੋਕੋ ਸੁਣੋ, ਮੇਰੀ ਜਾਤ ਚਮਿਆਰ ਵਿਖਿਆਤ ਹੈ, ਆਖੀ ਜਾਂਦੀ ਹੈ ਕਹੀ ਜਾਂਦੀ ਹੈ। ਲੋਕ ਨਫ਼ਰਤ ਕਰਦੇ ਸੀ ਨਾ, ਸਮਕਾਲੀ ਲੋਕ ਜਿਹੜੇ ਪੰਡਿਤ ਸੀ ਨਫ਼ਰਤ ਕਰਦੇ ਸੀ, ਭਗਤ ਕਬੀਰ ਜੀ ਨਾਲ ਨਫ਼ਰਤ ਕਰਦੇ ਸੀ, ਕੂਟਣ ਕਹਿੰਦੇ ਸੀ ਉਹਨਾਂ ਨੂੰ, ਕੂਟਣ ਕੂਟਣ ਦਾ ਮਤਲਬ ਨੀਚ। ਪਤਾ ਕੀ ਕਿਹਾ ਉਹਨਾਂ ਨੇ, ਕਿਹਾ ਕਹਿੰਦੇ ਕਹੀ ਜਾਓ ਸਾਨੂੰ ਕੀ ਫਰਕ ਪੈਂਦਾ, ਤੁਸੀਂ ਕੁੱਟਣ ਕਹਿੰਦੇ ਹੋ ਸਾਨੂੰ, ਤੁਹਾਡੇ ਨਜ਼ਰ ਦੇ ਵਿੱਚ ਕੁੱਟਣ ਦਾ ਅਰਥ ਨੀਚ ਹੋਊਗਾ, ਪਰ ਸਾਡੀ ਦ੍ਰਿਸ਼ਟੀ ਦੇ ਵਿੱਚ ਕੁੱਟਣ ਦਾ ਅਰਥ ਹੈ ਜਿਹੜਾ ਮਨ ਨੂੰ ਕੁੱਟਦਾ ਹੈ, ਕੁੱਟਣ ਸੋਏ ਜੋ ਮਨ ਕਉ ਕੁੱਟਾ ਹੈ, ਕਹੀ ਜਾਓ। ਤਾਂ ਕਹਿੰਦੇ ਨਾਗਰ ਜਨਾ ਮੇਰੀ ਜਾਤ ਵਿਖਿਆ ਚਮਾਰਨ, ਬਨਾਰਸ ਦੇ ਲੋਕਾਂ ਨੂੰ ਕਹਿ ਰਹੇ ਕਿ ਨਗਰ ਦੇ ਲੋਕੋ ਸੁਣੋ ਧਿਆਨ ਦੇ ਨਾਲ, ਤੁਸੀਂ ਸੂਦ ਸੂਦ ਕਹਿ ਕੇ ਭੰਡਦੇ ਹੋ, ਚਮਾਰ ਚਮਾਰ ਕਹਿ ਕੇ ਭੰਡਦੇ ਹੋ, ਹਾਂ ਹੈ ਅਸੀਂ ਚਮਾਰ, ਪਰ ਇੱਕ ਗੱਲ ਚੇਤੇ ਰੱਖਿਓ ਜੇ ਹਿਰਦੈ ਰਾਮ ਗੋਬਿੰਦ ਗੁਣ ਸਾਰੰਗ, ਦਾਅਵੇ ਨਾਲ ਕਹਿੰਦੇ ਹੈ ਕਿ ਸਾਡੇ ਹਿਰਦੇ ਦੇ ਅੰਦਰ ਸ੍ਰਿਸ਼ਟੀ ਦੇ ਰਚੈਤਾ ਅਕਾਲ ਪੁਰਖ ਦਾ ਵਾਸ ਹੈ, ਪਿਆਰ ਹੈ, ਪਿਆਰ ਹੈ, ਹਿਰਦੈ ਰਾਮ ਗੋਬਿੰਦ ਗੁਣ ਸਾਰੰਗ, ਅਸੀਂ ਆਪਣੇ ਹਿਰਦੇ ਦੇ ਵਿੱਚ ਸਾਰੀ ਸ੍ਰਿਸ਼ਟੀ ਦੇ ਵਿੱਚ ਵਿਆਪਕ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਅਕਾਲ ਪੁਰਖ ਦੇ ਦੈਵੀ ਗੁਣਾਂ ਨੂੰ ਸੰਭਾਲਿਆ ਹੋਇਆ ਹੈ। ਸਾਰਨ ਦਾ ਮਤਲਬ ਹੁੰਦਾ ਸੰਭਾਲਣਾ, ਸਾਰ ਦੇ ਬੜੇ ਅਰਥ ਹੈ ਬਾਣੀ 'ਚ, ਸਾਰ ਦਾ ਅਰਥ ਲੋਹਾ ਵੀ ਹੈ, ਮੈਣ ਕੇ ਦੰਦ ਕਿਉਂ ਖਾਈਆ, ਸਾਰ ਸਾਰ ਦਾ ਅਰਥ ਖਬਰ ਵੀ ਹੈ, ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ, ਅਤੇ ਸਾਰ ਦਾ ਅਰਥ ਸ੍ਰੇਸ਼ਟ ਵੀ ਹੈ ਔਰ ਸਾਰ ਦਾ ਅਰਥ ਸੰਭਾਲਣਾ ਵੀ।
ਕਹਿੰਦੇ ਹਿਰਦੈ ਰਾਮ ਗੋਬਿੰਦ ਗੁਣ ਸਾਰੰਗ, ਅਸੀਂ ਆਪਣੇ ਹਿਰਦੇ ਦੇ ਅੰਦਰ ਸਾਰੀ ਸ੍ਰਿਸ਼ਟੀ ਦੇ ਵਿੱਚ ਵਿਆਪਕ ਅਕਾਲ ਪੁਰਖ ਪਰਮੇਸ਼ਵਰ ਦੇ ਗੁਣਾਂ ਨੂੰ ਸੰਭਾਲਿਆ ਹੋਇਆ। ਇੱਕ ਬਚਨ ਹੋਰ ਕਹਿੰਦੇ ਨੇ ਇਸੇ ਸ਼ਬਦ, ਕਹਿੰਦੇ ਮੇਰੀ ਜਾਤ ਕੁੱਟ ਬਾਂਡਲਾ ਢੋਰ ਢੋਬੰਤਾ ਨਿਤ ਹੈ ਬਨਾਰਸੀ ਆਸ ਪਾਸਾ। ਦੇਖੋ ਬੜੀ ਕਮਾਲ ਦੀ ਗੱਲ ਹੈ, ਮੇਰੀ ਜਾਤ ਕੁੱਟ ਬਾਂਡਲਾ ਢੋਰ ਢਵੰਤਾ ਨਿਤ ਹੈ ਬਨਾਰਸੀ ਆਸ ਪਾਸਾ। ਕਹਿੰਦੇ ਹਾਂ ਮੇਰੀ ਜਾਤ ਜਿਹੜੀ ਹੈ ਉਹ ਪਸ਼ੂਆਂ ਦਾ ਚੰਮ ਕੱਟਣ ਵੱਢਣ ਵਾਲੀ ਹੈ। ਬਨਾਰਸ ਦੇ ਆਸ ਪਾਸ ਮੇਰੀ ਬਰਾਦਰੀ ਦੇ ਮੇਰੇ ਭਾਈਚਾਰੇ ਦੇ ਲੋਕ ਅਜੇ ਵੀ ਇਹ ਕੰਮ ਕਰਦੇ ਨੇ, ਅਜੇ ਵੀ ਇਹ ਕੰਮ ਕਰਦੇ ਨੇ। ਔਰ ਇਸ ਕੰਮ ਦੀ ਬਦੌਲਤ ਉੱਚ ਜਾਤੀ ਦੇ ਲੋਕ ਮੇਰੀ ਜਾਤੀ ਦੇ ਲੋਕਾਂ ਦੇ ਨਾਲ ਨਫ਼ਰਤ ਵੀ ਕਰਦੇ ਨੇ, ਕਿਰਤ ਮਾੜੀ ਕਰਦੇ, ਹਾਲਾਂਕਿ ਕਿਰਤ ਕੋਈ ਮਾੜੀ ਨਹੀਂ। ਕਹਿੰਦੇ ਮੇਰੀ ਜਾਤ ਕੁੱਟ ਬਾਂਡਲਾ ਢੋਰ ਢਵੰਤਾ ਨਿਤ ਹੈ ਬਨਾਰਸੀ ਆਸ ਪਾਸਾ, ਅਬ ਵਿਪਰ ਪ੍ਰਧਾਨ ਤਿਹ ਕਰਹਿ ਡੰਡੌਤ। ਪਰ ਉਹ ਪੰਡਤ ਜਿਹੜੇ ਮੇਰੀ ਜਾਤੀ ਮੇਰੇ ਭਾਈਚਾਰੇ ਦੇ ਲੋਕਾਂ ਨੂੰ ਨਫ਼ਰਤ ਕਰਦੇ ਨੇ, ਮੇਰੇ ਕਹਿੰਦੇ ਕਦਮਾਂ 'ਤੇ ਆ ਕੇ ਮੱਥਾ ਟੇਕਦੇ। ਇਹ ਕਾਬਲੀਅਤ ਹੈ, ਕਿਉਂ? ਦੇਖੋ ਕਿੰਨੀ ਕਮਾਲ ਦੀ ਗੱਲ ਹੈ। ਅਸੀਂ ਕਹਿੰਦੇ ਜੀ ਸਾਡੇ ਨਾਲ ਤਿਰਸਕਾਰ ਕੀਤਾ ਜਾਂਦਾ ਹੈ, ਸਾਡੇ ਨਾਲ ਤਿਰਸਕਾਰ ਕੀਤਾ ਜਾਂਦਾ, ਤਾਂ ਭਗਤ ਜੀ ਕਹਿੰਦੇ ਨੇ ਬੜੀ ਮਹਾਨ ਗੁਰੂ ਪਿਆਰੀ ਗੱਲ ਹੈ ਮਹਾਂਪੁਰਖਾਂ ਦੀ, ਕਿ ਮੇਰੀ ਜਾਤੀ ਦੇ ਲੋਕ ਜਿਹੜੇ ਨੇ ਉਹ ਬਨਾਰਸ ਦੇ ਆਸ ਪਾਸ ਅਜੇ ਵੀ ਇਹ ਕਰਮ ਕਰਦੇ ਨੇ, ਔਰ ਪੰਡੇ ਜਿਹੜੇ ਨੇ ਉਹਨਾਂ ਦੇ ਨਾਲ ਨਫ਼ਰਤ ਕਰਦੇ ਨੇ, ਪਰ ਮੇਰੇ ਕਦਮਾਂ ਦੇ ਵਿੱਚ ਪੰਡੇ ਜਿਹੜੇ ਹੈ ਉਹ ਝੁੱਕ ਕੇ ਨਮਸਕਾਰ ਕਰਦੇ ਨੇ, ਪ੍ਰਣਾਮ ਕਰਦੇ ਨੇ। ਅਬ ਵਿਪਰ ਪ੍ਰਧਾਨ ਤਿਹ ਕਰਹਿ ਡੰਡੌਤ, ਤੇਰੇ ਨਾਮ ਤੇਰੀ ਸ਼ਰਨ ਦੇ ਵਿੱਚ ਤੇਰੇ ਚਰਨਾਂ ਦੇ ਵਿੱਚ ਹੇ ਅਕਾਲ ਪੁਰਖ ਮੈਂ ਆ ਕੇ ਬੈਠਾ, ਤੇਰੇ ਨਾਮ ਸ਼ਰਨ ਆਏ ਰਵਿਦਾਸ ਦਾਸਾ, ਕਿਉਂਕਿ ਮੈਂ ਤੇਰੇ ਨਾਮ ਦੀ ਸ਼ਰਨ ਆ ਗਿਆ। ਅਕਾਲ ਪੁਰਖ ਨੂੰ ਕਹਿੰਦੇ ਨੇ ਵੈਸੇ, ਵਾਹਿਗੁਰੂ ਕਹਿੰਦੇ ਦੇਖ ਕਿੰਨੀ ਕਿਰਪਾ ਕੀਤੀ। ਉਹ ਪੰਡੇ ਜਿਹੜੇ ਮੇਰੇ ਭਾਈਚਾਰੇ ਨੂੰ ਨਫ਼ਰਤ ਕਰਦੇ ਨੇ, ਕਹਿੰਦੇ ਮੇਰੇ ਕਦਮਾਂ 'ਤੇ ਆ ਕੇ ਡਿੱਗਦੇ ਨੇ, ਕਿਉਂਕਿ ਮੈਂ ਤੇਰੀ ਸ਼ਰਨ ਦੇ ਵਿੱਚ ਆ ਗਿਆ, ਮੈਂ ਤੇਰੀ ਸ਼ਰਨ ਦੇ ਵਿੱਚ ਆ ਗਿਆ, ਤੇਰੇ ਨਾਮ ਸ਼ਰਨ ਆਏ ਰਵਿਦਾਸ ਦਾਸਾ। ਮਤਲਬ ਕੀ ਹੈਗਾ, ਇਹਦਾ ਅਰਥ ਹੈ, ਭਾਵ ਕੀ ਹੈ? ਭਾਵ ਹੈ ਕਿ ਮਹਾਂਪੁਰਖਾਂ ਦਾ ਸਾਨੂੰ ਉਪਦੇਸ਼ ਹੈ ਕਿ ਜੇ ਅਸੀਂ ਇੱਕ ਅਕਾਲ ਪੁਰਖ ਦੇ ਬਣ ਜਾਈਏ ਨਾ, ਦੁਨੀਆਂ 'ਚ ਕਿਸੇ ਵਿੱਚ ਹਿੰਮਤ ਨਹੀਂ ਕਿ ਸਾਡਾ ਤਿਰਸਕਾਰ ਕਰ ਸਕੇ। ਇਹ ਸਿੱਖਿਆ ਸਾਨੂੰ ਦਿੱਤੀ, ਇਹ ਉਪਦੇਸ਼ ਸਾਨੂੰ ਦਿੱਤਾ ਹੈ ਕਿ ਜੇ ਅਸੀਂ ਅੱਜ ਵੀ ਅਕਾਲ ਪੁਰਖ ਦੇ ਦੈਵੀ ਗੁਣ, ਉਹ ਕਹਿੰਦੇ ਨੇ ਹਿਰਦੈ ਰਾਮ ਗੋਬਿੰਦ ਗੁਣ ਸਾਰੰਗ, ਵਾਹਿਗੁਰੂ ਦੇ ਦੈਵੀ ਗੁਣ ਸਾਡੇ ਹਿਰਦੇ 'ਚ ਵਸੇ ਆ। ਵਾਹਿਗੁਰੂ ਦੇ ਦੈਵੀ ਗੁਣ ਕਿਹੜੇ ਹੈ? ਦਇਆ, ਧਰਮ, ਸੁੱਚ, ਪਵਿੱਤਰਤਾ। ਅੱਜ ਵੀ ਜੇ ਅਸੀਂ ਆਪਣੇ ਹਿਰਦੇ 'ਚ ਲੈ ਆਈਏ, ਵੱਡੇ ਵੱਡੇ ਸਾਡੇ ਚਰਨਾਂ 'ਤੇ ਕਦਮਾਂ 'ਤੇ ਆ ਕੇ ਨਮਸਕਾਰ ਕਰਨਗੇ, ਝੁੱਕ ਕੇ ਪ੍ਰਣਾਮ ਕਰਨਗੇ। ਇਹ ਮਹਾਂਪੁਰਖਾਂ ਦਾ ਉਪਦੇਸ਼ ਹੈ, ਗੁਰਬਾਣੀ 'ਚ ਸਾਨੂੰ ਮਿਲਦਾ ਬਹੁਤ 40 ਸ਼ਬਦਾਂ ਦੇ ਅੰਦਰ। ਵੈਸੇ ਤਾਂ ਸਮੁੱਚੀ ਗੁਰਬਾਣੀ ਜਿਹੜੀ ਹੈ 'ਚ ਕੋਈ ਭੇਦ ਨਹੀਂ ਹੈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸਾਨੂੰ ਕੋਟ ਕੋਟ ਰਿਣੀ ਹੋਣਾ ਚਾਹੀਦਾ ਹੈ ਕਿ ਉਹਨਾਂ ਨੇ ਮਹਾਂਪੁਰਖਾਂ ਦੀ, 15 ਮਹਾਂਪੁਰਖਾਂ ਦੀ ਬਾਣੀ ਨੂੰ ਪ੍ਰਜਰਵ ਕਰ ਦਿੱਤਾ। ਜੇ ਕਿਤੇ ਇਹ ਕੰਮ ਨਾ ਹੋਇਆ ਹੁੰਦਾ ਨਾ, ਅੱਜ ਸਾਨੂੰ ਕੁਛ ਨਹੀਂ ਸੀ ਲੱਭਣ। ਨਕਲੀ ਕਵਿਤਾਵਾਂ ਜਿਹੜੀਆਂ ਨੇ ਨਾ, ਇਹਨਾਂ ਮਹਾਂਪੁਰਖਾਂ ਦੇ ਨਾਂ ਦੇ ਉੱਤੇ ਲਿਖ ਲਿਖ ਸਾਨੂੰ ਸੁਣਾਈ ਜਾਂਦੀ,
ਕਬੀਰ ਦਾਨ ਦਿਓ ਧਨ ਨਾ ਘਟੇ ਕਹਿ ਆਉਂਦਾ ਨਾ, ਚਿੜੀ ਚੋਂਚ ਭਰ ਲੈ ਗਈ ਨਦੀ ਨਾ ਕੱਟਿਓ ਨੀਰ। ਇਹ ਸਭ ਬਾਅਦ 'ਚ ਲਿਖਿਆ ਹੋਇਆ, ਇਹ ਸ਼ੈਲੀ ਨਹੀਂ ਮਿਲਦੀ, ਸ਼ੈਲੀ ਨਹੀਂ ਮਿਲਦੀ ਹੈ। ਜਿਹੜੀ ਨਿਰੋਲ ਮੌਲਕ ਰਚਨਾ ਹੈ ਇਹਨਾਂ ਮਹਾਂਪੁਰਖਾਂ ਦੀ, ਉਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ 'ਚ ਪ੍ਰਜ਼ਰਵ ਹੈ, ਔਰ ਇਹ ਰਹਿੰਦੇ ਜੁਗਾਂ ਜੁਗਾਂ ਤੱਕ ਰਹਿਣੀ ਹੈ। ਕੋਈ ਮਾਈ ਦਾ ਲਾਲ ਨੂੰ ਕੱਢ ਨਹੀਂ ਸਕਦਾ, ਉਜਾੜ ਦੇਣਾ ਸੀ ਇਤਿਹਾਸ ਵਿਗਾੜਤਾ। ਕਿਉਂਕਿ ਇੱਕ ਧਾਰਨਾ ਤੁਸੀਂ ਸਾਰੇ ਜਾਣਦੇ ਹੋ ਕਿ ਸ਼ੂਦਰ ਜਿਹੜਾ ਉਹ ਭਗਤੀ ਨਹੀਂ ਕਰ ਸਕਦਾ, ਗ੍ਰੰਥਾਂ 'ਚ ਲਿਖਿਆ। ਜਦੋਂ ਮਹਾਂਪੁਰਖਾਂ ਨੇ ਭਗਤੀ ਸ਼ੁਰੂ ਕਰਤੀ ਤੇ ਲੋਕਾਂ ਨੇ ਸਾਲ ਪਾਉਣੇ ਸ਼ੁਰੂ ਕਰਤੇ, ਪੜ੍ਹਤਾ ਪੰਡਿਤ ਜੀ ਤੁਸੀਂ ਤਾਂ ਕਹਿੰਦੇ ਵੀ ਸ਼ੂਦਰ ਭਗਤੀ ਨਹੀਂ ਕਰ ਸਕਦਾ, ਪਰ ਆਹ ਕੀ ਹੋ ਰਿਹਾ? ਉਹ ਕਹਿੰਦੇ ਤਾਂ ਸ਼ੂਦਰ ਹੀ ਹੈ ਨੀ, ਸ਼ੂਦਰ ਹੈ ਨੀ, ਕਿਸ ਤਰ੍ਹਾਂ ਸ਼ੂਦਰ ਹੈ ਨੀ, ਕਹਾਣੀਆਂ ਘੜ ਲਈਆਂ ਗਈਆਂ। ਕਹਿੰਦੇ ਜਿਹੜੇ ਕਬੀਰ ਜੀ ਨੇ, ਮਹਾਂਪੁਰਖ ਕਬੀਰ ਜੀ ਨੇ, ਕਹਿੰਦੇ ਇਹ ਤਾਂ ਬ੍ਰਾਹਮਣ ਦੇ ਘਰੇ ਪੈਦਾ ਹੋਏ ਸੀ, ਤਾਂ ਨੀਰੂ ਨਾਮਕ ਜੁਲਾਹੀ ਨੇ ਉਹ ਪਾਲਿਆ ਸੀ। ਕਿੱਡੀ ਕਮਾਲ ਦੀ ਗੱਲ ਹੈ, ਇਹ ਸਾਖੀ ਕਰੀ। ਅੱਜ ਵੀ ਬਹੁਤ ਸਾਰੀਆਂ ਕਿਤਾਬਾਂ ਹੈ ਜਿਹਦੇ ਵਿੱਚ ਲਿਖਿਆ ਮਿਲਦਾ ਹੈ ਕਿ ਇਹਨਾਂ ਨੇ ਤਾਂ ਪਾਲਣਾ ਪੋਸਣਾ ਕੀਤੀ ਸੀ, ਜੁਲਾਹਾ ਦੰਪਤੀ ਨੇ, ਪੈਦਾ ਤਾਂ ਕਿਸੇ ਬ੍ਰਾਹਮਣ ਦੇ ਘਰ ਹੋਏ ਸੀ। ਫਿਰ ਮਹਾਂਪੁਰਖ ਬਾਬਾ ਰਵਿਦਾਸ ਜੀ ਬਾਰੇ ਕਹਿੰਦੇ ਵੀ ਪਿਛਲੇ ਜਨਮ ਦੇ ਬ੍ਰਾਹਮਣ ਸੀ, ਕਿਸੇ ਆਪਣਾ ਇਹਨਾਂ ਦਾ ਕੋਈ ਸਾਧੂ ਸੀ ਗੁਰੂ ਜੀ, ਉਹਦੇ ਲਈ ਭਿਕਸ਼ਾ ਕਿਸੇ ਸ਼ੂਦਰ ਦੇ ਘਰੋਂ ਲੈ ਆਏ, ਉਹਦਾ ਮਨ ਨਾ ਲੱਗਿਆ। ਉਹ ਕਹਿੰਦਾ ਅੱਜ ਭਿਕਸ਼ਾ ਕਿੱਥੋਂ ਲੈ ਕੇ ਆਉਂਦੇ? ਫਲਾਨੇ ਦੇ ਘਰੇ। ਕਹਿੰਦੇ ਉਹਨਾਂ ਨੇ ਸ਼ਰਾਬ ਦਿੱਤਾ ਵੀ ਜਾ, ਮੈਂ ਤਾਂ ਤੂੰ ਬ੍ਰਾਹਮਣ ਪ੍ਰਭੂ ਉਹਨਾਂ ਦੇ ਘਰ ਦੇ ਵਿੱਚ ਜਨਮ ਲਏਗਾ। ਕਹਿੰਦੇ ਤਾਂ ਉਹ ਪੈਦਾ ਹੋਏ ਸੀ। ਰਾਜੇ ਨੇ ਬੁਲਾਇਆ ਤੂੰ ਭਗਤੀ ਕਰਦਾ, ਭਗਤੀ ਕਰਨ ਦਾ ਅਧਿਕਾਰ ਹੀ ਨਹੀਂ। ਕਹਿੰਦੇ ਜੀ ਫਿਰ ਉਹ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਤਾਂ ਬ੍ਰਾਹਮਣ, ਉਹ ਕਹਿੰਦੇ ਸਬੂਤ ਦੇ, ਉਹਨਾਂ ਨੇ ਰੰਬੀ ਨਾਲ ਆਪਣਾ ਸੀਨਾ ਚੀਰ ਕੇ ਅੰਦਰ ਜਨੇਊ ਦਿਖਾਤਾ, ਕਹਾਣੀਆਂ ਘੜ ਲਈਆਂ ਅਤੇ ਅਸੀਂ ਤਸਵੀਰਾਂ ਬਣਾ ਕੇ ਕੰਨਾਂ 'ਤੇ ਟੰਗ ਲਈ। ਕਿਹੜੀ ਕਮਾਲ ਦੀ ਗੱਲ! ਬਚਨ ਦੇ ਜੋ ਜਵਾਬ ਨਹੀਂ ਸੀ, ਲੋਕਾਂ ਨੇ ਸਵਾਲ ਕਰਨੇ ਸ਼ੁਰੂ ਕਰ ਵੀ ਜਾਂ ਤਾਂ ਕਹੋ ਕਿ ਧਰਮ ਗ੍ਰੰਥ ਗਲਤ ਹੈ, ਅਤੇ ਜਾਂ ਫਿਰ ਇਹਨਾਂ ਨੂੰ ਗਲਤ ਕਰੋ ਜਿਹੜੇ ਭਗਤੀ ਕਰ ਰਹੇ। ਲੋਕ ਕਹਿੰਦੇ ਵੀ ਧਰਮ ਗ੍ਰੰਥ ਤਾਂ ਗਲਤ ਹੋ ਨਹੀਂ ਸਕਦੇ, ਇਸ ਕਰਕੇ ਕਹਿੰਦੇ ਇਹ ਕਹਾਣੀਆਂ ਉਲਟਾ ਸੁਣਾਈਆਂ ਹੁੰਦੀਆਂ, ਅਸੀਂ ਹੁਣ ਤੱਕ ਸੁਣਦੇ ਆਏ ਮਹਾਂਪੁਰਖਾਂ ਦੇ ਨਾਂ ਨਾਲ ਕਈ ਕਿੱਸੇ ਕਹਾਣੀਆਂ ਆਲਤੂ ਫਾਲਤੂ ਜੋੜ ਦਿੱਤੀਆਂ। ਸੋ ਸਾਨੂੰ ਆਪਣਾ ਲਿਟਰੇਚਰ, ਆਪਣਾ ਇਤਿਹਾਸ ਪੜ੍ਹਨ ਦੀ ਜਿੱਥੇ ਜ਼ਰੂਰਤ ਹੈ, ਉੱਥੇ ਵਾਚਣ ਦੀ ਵੀ ਜ਼ਰੂਰਤ ਹੈ ਕਿ ਜੋ ਅਸੀਂ ਸੁਣ ਰਹੇ ਹਾਂ ਇਹ ਸਾਡੇ ਬੇਸਿਕ ਕੰਸੈਪਟ ਦੇ ਨਾਲ ਮੇਲ ਖਾਂਦਾ ਹੈ। ਕਿੱਡੀ ਕਮਾਲ ਦੀ ਗੱਲ ਹੈ, ਸਾਖੀ ਸੁਣ ਰਹੇ ਹਾਂ ਕਿ ਕਬੀਰ ਜੀ ਕਿਹੜੇ ਨੇ ਮਹਾਂਪੁਰਖ, ਉਹ ਤਾਂ ਦੰਪਤੀ ਸ਼ੂਦਰ ਦੰਪਤੀ ਦੇ ਘਰ ਦੇ ਵਿੱਚ ਪੜ੍ਹੇ ਸਨ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ, ਉਹਨਾਂ ਨੇ ਸਾਰੀ ਬਾਣੀ 'ਚ ਆਪਣੀ ਕਾਸਟ ਦਾ ਜ਼ਿਕਰ ਕੀਤਾ ਵੀ ਆਹ ਸਾਨੂੰ ਕਹਿੰਦੇ ਨੇ, ਉਹਨਾਂ ਨੂੰ ਪਤਾ ਨਹੀਂ ਸੀ, ਸਾਨੂੰ ਪਤਾ ਲੱਗ ਗਿਆ ਵੀ ਉਹ ਤਾਂ ਇਸ ਤਰ੍ਹਾਂ ਕਿਤੇ ਵੀ ਮਹਾਂਪੁਰਖ ਬਾਬਾ ਰਵਿਦਾਸ ਜੀ ਬਾਣੀ ਪੜ੍ਹ ਲਓ, ਉਹਨਾਂ ਨੇ ਆਪਣੇ ਕਾਸਟ ਦਾ ਜ਼ਿਕਰ ਕੀਤਾ ਜਗ੍ਹਾ ਜਗ੍ਹਾ, ਨਾਗਰ ਜਨਾ ਮੇਰੀ ਜਾਤ ਵਿਖਿਆਤ ਚ ਮਾਰਨ, ਇੱਕ ਨਹੀਂ ਕਈ ਜਗ੍ਹਾ ਆਇਆ, ਇਹਨਾਂ ਨੂੰ ਨਹੀਂ ਪਤਾ ਸੀ, ਇਹਨਾਂ ਨੇ ਤਾਂ ਕਿਤੇ ਨਹੀਂ ਲਿਖਿਆ ਕਿ ਸਾਈ ਸਾਡਾ ਪੂਰਵਲਾ ਜਨਮ ਜਿਹੜਾ ਉਹ ਪੰਡਿਤ ਦਾ ਸੀ, ਇਹ ਤਾਂ ਅਸੀਂ ਇੱਕ ਸ਼ਰਾਬ ਨਾਲ ਆ ਗਏ। ਇੱਧਰ ਬੜਾ ਕੁਝ ਹੈ, ਅਸਲ 'ਚ ਜਿਹੜਾ ਨਾਮ ਰੱਬ ਜੀ ਦੇ ਸਿਧਾਂਤ ਨੂੰ ਮੰਨਦਾ ਨਾ, ਇੱਥੇ
ਬਰਾਬਰੀ ਨਹੀਂ ਹੋਣੀ ਚਾਹੀਦੀ, ਇੱਥੇ ਊਚ ਨੀਚ ਹੋਣੀ ਚਾਹੀਦੀ ਹੈ, ਇੱਥੇ ਜਾਤ ਪਾਤ ਹੋਣੀ ਚਾਹੀਦੀ ਹੈ। ਮੈਂ ਸਮਝਦਾ ਕਿ ਉਹ ਸਹੀ ਇਨਸਾਨ ਅਪਾਉਣ ਦਾ ਹੱਕਦਾਰ ਨੇ, ਨਾ ਉਹ ਮੁਲਕ ਦਾ ਹਤੈਸ਼ੀ ਹੈ, ਭਾਵੇਂ ਜਿੰਨਾ ਮਰਜ਼ੀ ਆਖੀ ਜਾਏ ਕਿ ਮੈਂ ਹੀ ਸਭ ਤੋਂ ਵੱਡਾ ਮੁਲਕ ਦਾ ਹਤੈਸ਼ੀ ਹੈ, ਅਤੇ ਦੂਸਰੇ ਪਾਸੇ ਇਹ ਵੀ ਆਖੇ ਕਿ ਮੈਂ ਉੱਚਾ ਅਤੇ ਫਲਾਣੇ ਨੀਵੇਂ, ਉਹ ਮੁਲਕ ਦਾ ਹਤੈਸ਼ੀ ਵੀ ਨਹੀਂ ਹੈ। ਕਿਉਂਕਿ ਇਸ ਸਿਸਟਮ ਨੇ, ਕਾਸਟ ਸਿਸਟਮ ਨੇ ਮੁਲਕ ਦਾ ਵੀ ਬਹੁਤ ਵੱਡਾ ਨੁਕਸਾਨ ਕੀਤਾ, ਔਰ ਅੱਜ ਵੀ ਅਸੀਂ ਇਸ ਸਿਸਟਮ ਨੂੰ ਛੱਡ ਨਹੀਂ ਰਹੇ ਆਪਣੇ ਇਤਿਹਾਸ ਤੋਂ ਸਬਕ ਲੈ। ਅੱਜ ਵੀ ਫਿਰ ਸਾਨੂੰ ਉਸੇ ਪੁਰਾਤਨਤਾ ਵੱਲ ਧਕੇਲਣ ਦਾ ਯਤਨ ਹੋ ਰਿਹਾ। ਦੇਖਿਆ ਨਾ, ਸਰਦਾਰੀ ਖੁਸਦੀ ਹੈ ਜਿਹੜੀ ਪਹਿਲਾਂ ਹੁੰਦੀ ਸੀ, ਤਾਂ ਫਿਰ ਸਾਨੂੰ ਉਸ ਪੁਰਾਤਨਤਾ ਵੱਲ ਧਕੇਲਣ ਦੇ ਯਤਨ ਹੋ ਰਹੇ। ਕਿ ਉਹ ਸਮਾਂ ਠੀਕ ਸੀ ਜਦੋਂ ਸਾਡੀ ਚੌਧਰ ਸੀ, ਸਾਨੂੰ ਸਲੂਕ ਹੁੰਦੇ ਸੀ, ਸਾਨੂੰ ਸਲਾਮ ਹੁੰਦੇ ਸੀ, ਸਿਰਫ ਜਾਤੀ ਕਰਕੇ, ਉਗਣਾ ਕਰਕੇ ਨਹੀਂ, ਸਿਰਫ ਜਾਤੀ ਕਰਕੇ। ਉਹ ਵਕਤ ਠੀਕ ਸੀ, ਅਸੀਂ ਉਹ ਵਕਤ ਲੈ ਕੇ ਆਉਣਾ। ਅੱਗੇ ਯਤਨ ਹੋ ਰਿਹਾ, ਉਹ ਵਕਤ ਲੈ ਕੇ ਆਉਣਾ ਜਦੋਂ ਸਾਨੂੰ ਇਸ ਕਰਕੇ ਸਲੂਟ ਵੱਜਦੇ ਸੀ ਕਿ ਸਾਡੀ ਜਾਤੀ ਵਿੱਚ, ਪਰ ਅਸੀਂ ਉਹ ਵਕਤ ਆਉਣ ਨਹੀਂ ਦੇਣਾ ਹੈ। ਉਹ ਵਕਤ ਸਾਡੇ ਲਈ ਬਹੁਤ ਘਾਤਕ ਹੈ ਜੇ ਆ ਗਿਆ, ਸਾਨੂੰ ਸਾਵਧਾਨ ਹੋਣਾ ਪੈਣਾ। ਮੈਂ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਔਰ ਇਸ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਸਿੰਘ ਸਭਾ ਸਾਊਥਾਲ ਦੇ ਨਾਲ ਜੁੜੀ ਸਮੂਹ ਸੰਗਤ ਆ, ਇਸ ਗੱਲੋਂ ਵੀ ਸ਼ੁਕਰੀਆ ਅਦਾ ਕਰਦਾ ਕਿ ਤੁਸਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਗੋਦ ਵਿੱਚ ਬੈਠਣ ਦਾ ਫੈਸਲਾ ਲਿਆ, ਦਰੁਸਤ ਫੈਸਲਾ ਹੈ। ਗੁਰੂ ਨਾਨਕ ਸਾਹਿਬ ਨੇ ਇੱਕ ਤੀਲਾ ਚੁੱਕਿਆ, ਦੂਜਾ ਤੀਲਾ ਚੁੱਕਿਆ, ਤੀਜਾ ਤੀਲਾ ਚੁੱਕਿਆ, ਚੌਥਾ ਤੀਲਾ ਚੁੱਕਿਆ, ਪੰਜਵਾਂ ਤੀਲਾ ਚੁੱਕਿਆ, ਛੇਵਾਂ ਤੀਲਾ ਚੁੱਕਿਆ, ਇਕੱਠਾ ਕਰਕੇ ਇੱਕ ਮੋਟੀ ਲੱਖ ਬਣਾਤੀ, ਡਾਂਗ ਬਣਾਤੀ। ਅਤੇ ਹੁਣ ਬਚੇਗੀ ਇਹ ਚੌਧਰੀਆਂ ਦੇ ਸਿਰ 'ਚ। ਚੌਧਰੀਆਂ ਨੇ ਆਖਿਆ ਵੀ ਇਹ ਤਾਂ ਸਾਡਾ ਤਾਂ ਸਿਰ ਹੀ ਪਾੜ ਦੇਗੀ, ਹੁਣ ਕੀ ਕੀਤਾ ਜਾਏ? ਇਸ ਡਾਂਗ ਨੂੰ ਫਿਰ ਤੀਲੇ ਤੀਲੇ 'ਚ ਤਬਦੀਲ ਕੀਤਾ ਜਾਏ, ਇਸ ਡਾਂਗ ਨੂੰ ਫਿਰ ਜਿਹੜਾ ਕਮਜ਼ੋਰ ਕੀਤਾ ਜਾਏ, ਛਿੱਲਿਆ ਜਾਏ, ਤਰਾਸ਼ਿਆ ਜਾਏ, ਤੀਲੇ ਤੀਲੇ 'ਚ ਫਿਰ ਇਹਨੂੰ ਵੰਡਿਆ ਜਾਏ। ਉਹਨੂੰ ਵੰਡਣ ਦੇ ਯਤਨ ਹੋ ਰਿਹਾ ਕਿ ਕਮਾਲ, ਪਰ ਅਸੀਂ ਵੰਡੇ ਨਹੀਂ ਜਾਣਾ, ਅਸੀਂ ਡਾਂਗ ਬਣ ਕੇ ਰਹਿਣਾ। ਅਤੇ ਜੇ ਡਾਂਗ ਸਾਡੀ ਇਸੇ ਤਰ੍ਹਾਂ ਤਕੜੀ ਮੋਟੀ ਮਜ਼ਬੂਤ ਰਹੂੰਗੀ, ਅਤੇ ਅਸੀਂ ਉਹਨਾਂ ਲੋਕਾਂ ਦੇ ਸਿਰਾਂ ਦੇ ਉੱਤੇ ਖੜਕਦੇ ਰਹਾਂਗੇ, ਵੱਜਦੇ ਰਹਾਂਗੇ, ਔਰ ਜਦੋਂ ਉੱਠਣਗੇ ਉਦੋਂ ਹੀ ਅਸੀਂ ਸਿਰ 'ਚ ਵੱਜ ਕੇ ਉਹਨਾਂ ਨੂੰ ਥੱਲੇ ਕਰ ਦਿਆਂਗੇ। ਬਰਾਬਰ ਹੈ ਅਸੀਂ ਕੀਤਾ। ਤਾਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਸੋਚ ਸੀ, ਬਹੁਤ ਕਾਬਲੇ ਤਰੀਕ ਸੋਚ ਸੀ ਕਿ ਇੱਕ ਰਹੋ, ਇੱਕ ਨਾਲ ਜੋੜਿਆ, ਇੱਕ ਕੀਤਾ, ਇੱਕ ਬਣ ਕੇ ਰਹੇ, ਇੱਕ ਬਣ ਕੇ ਰਹਿਣਾ। ਬਹੁਤ ਨੇ ਸਾਡੇ ਅੰਦਰ ਬੰਡੀਆਂ ਪਾਉਣ ਵਾਲੇ, ਬਹੁਤ, ਅਸੀਂ ਉਹਨਾਂ ਲੋਕਾਂ ਤੋਂ ਸਾਵਧਾਨ ਹੋਣਾ, ਕਿਉਂਕਿ ਜਿਹੜੇ ਵੱਡੀਆਂ ਪਾਉਣ ਵਾਲੇ ਲੋਕ ਸਾਡੇ ਸਾਹਮਣੇ ਦਿਸਦੇ ਨੇ, ਲੱਗਦਾ ਕਿ ਸਾਡੇ ਆਪਣੇ ਨੇ, ਉਹ ਲੋਕ ਆਪਣੇ ਹੈ, ਲੇਕਿਨ ਉਹਨਾਂ ਦੇ ਪਿੱਛੇ ਜਿਹੜੀ ਤਾਕਤ ਹੈ ਉਹ ਆਪਣੀ ਨਹੀਂ ਹੈ। ਉਹਨਾਂ ਨੂੰ ਸਮਝਾਓ, ਲੜਨਾ ਨਹੀਂ ਉਹਨਾਂ ਨਾਲ, ਉਹਨਾਂ ਨੂੰ ਸਮਝਾਓ ਕਿ ਪਿੱਛੇ ਮੁੜ ਕੇ ਦੇਖੋ, ਜਿਹੜੇ ਤੁਹਾਡੇ ਮੋਢੇ 'ਤੇ ਹੱਥ ਰੱਖ ਕੇ ਤੁਹਾਡੇ ਤੋਂ ਕੁਛ ਕੁਹਾ ਰਹੇ ਆ, ਉਹ ਦੇਖੋ ਕੌਣ ਹੈ ਲੋਕ, ਉਹਨਾਂ ਨੂੰ ਪਹਿਚਾਣੋ। ਬਸ ਇੰਨਾ ਹੀ ਕਰੀਏ, ਲੜਨਾ ਨਹੀਂ ਕਿਸੇ ਨਾਲ, ਪਿਆਰ ਨਾਲ ਸਮਝਾਉਣਾ। ਇੰਨੇ ਸ਼ਬਦ ਪ੍ਰਵਾਨ ਕਰਨੇ ਮੈਂ ਸਾਰੀ ਸ਼੍ਰੀ ਗੁਰੂ ਰਵਿਦਾਸ ਜੀ ਸਾਊਥਾਲ ਔਰ ਇਸ ਸਥਾਨ ਦੀ ਜਿਹੜੀ ਪ੍ਰਬੰਧਕ ਕਮੇਟੀ ਔਰ ਆਪ ਸਾਰੀ ਸੰਗਤ ਦਾ, ਬੜੇ ਮਹਿਮਾਨ ਆਏ ਨੇ ਸਾਡੇ ਸਤਿਕਾਰਯੋਗ, ਮੈਂ ਉਹਨਾਂ ਸਭ ਦਾ ਤਹਿ ਦਿਲ ਸ਼ੁਕਰੀਆ ਅਦਾ ਕਰਦਾ। ਔਰ ਨਾਲ ਨਾਲ ਜਿੱਥੇ ਅਸੀਂ ਪਰੰਪਰਾਗਤ
ਸੇਵਾਵਾਂ ਨਿਭਾਉਂਦੇ ਹਾਂ ਆਪਣੇ ਗੁਰੂ ਘਰਾਂ ਦੇ ਅੰਦਰ, ਲੰਗਰ ਦੀਆਂ ਸੇਵਾਵਾਂ, ਹੋਰ ਬਹੁਤ ਸਾਰੀਆਂ ਸੇਵਾਵਾਂ, ਤਾਂ ਸਾਨੂੰ ਥੋੜ੍ਹੇ ਥੋੜ੍ਹੇ ਕਮਿਊਨਿਟੀ ਲਈ, ਆਪਣੀ ਕਮਿਊਨਿਟੀ ਲਈ ਸੋਸ਼ਲ ਕੰਮ ਵੀ ਕਰਦੇ ਰਹਿਣਾ ਚਾਹੀਦਾ, ਸਾਥ ਦੇਣਾ ਚਾਹੀਦਾ, ਜੇ ਕੋਈ ਕਮਜ਼ੋਰ ਹੈ ਉਹਨੂੰ ਉੱਪਰ ਉਠਾਉਣ ਦਾ ਯਤਨ ਕਰਨਾ ਚਾਹੀਦਾ। ਬਹੁਤ ਸਾਰੇ ਐਸੇ ਮਤ ਪਤੰਤਰ ਹੈ ਜਿਹਨਾਂ ਦੇ ਲੋਕ ਜਿਹੜੇ ਆ ਉਹ ਜਦੋਂ ਦੇਖਦੇ ਨੇ ਕਿ ਸਾਡੇ ਭਾਈਚਾਰੇ ਦੇ ਵਿੱਚ ਕੋਈ ਕਮਜ਼ੋਰ ਹੈ ਅਤੇ ਉਹਨੂੰ ਉੱਪਰ ਚੁੱਕਣ ਦਾ ਯਤਨ ਕਰਦੇ ਆ। ਸਾਡੀ ਬਦਕਿਸਮਤੀ ਹੈ ਕਿ ਅਸੀਂ ਜਦੋਂ ਦੇਖਦੇ ਹਾਂ ਕਿ ਸਾਡੇ ਭਾਈਚਾਰੇ ਦਾ ਕੋਈ ਬੰਦਾ ਕਮਜ਼ੋਰ ਹੈ, ਅਸੀਂ ਨਾਤਾ ਤੋੜ ਲੈਂਦੇ ਹਾਂ ਵੀ ਕੋਈ ਇਹ ਨਾ ਕਹਿੰਦੇ ਵੀ ਤੇਰਾ ਤਾਂ ਰਿਸ਼ਤੇਦਾਰ ਕਮਜ਼ੋਰ ਬੜਾ ਆ, ਤੂੰ ਉਹਦੇ ਨਾਲ ਰਿਸ਼ਤੇਦਾਰੀ ਇੱਥੇ ਕੀ, ਉਹ ਤਾਂ ਮਾੜਾ ਬੜਾ, ਉਹਦੇ ਕੋਲ ਰਹਿਣ ਵਾਸਤੇ ਘਰ ਹੀ ਨਹੀਂ ਗਾ। ਤਾਂ ਬੰਦਾ ਕਹਿੰਦਾ ਕੋਈ ਐਂ ਨਾ ਕਹਿੰਦੇ, ਇਸ ਕਰਕੇ ਦੱਸਣਾ ਹੀ ਬੰਦ ਕਰ ਦਿਓ ਵੀ ਮੇਰਾ ਰਿਸ਼ਤੇਦਾਰ ਹੈਗਾ ਉਹ, ਇਹ ਨਾ ਕਰੀਏ। ਸਾਨੂੰ ਸਬਕ ਸਿੱਖੀਏ, ਇੱਕ ਦੂਸਰੇ ਦੀ ਮਦਦ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਡੇ ਚੰਗੇ ਕਰਮ ਜਥੇਦਾਰ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਆਪਣੇ ਵਿਚਾਰਾਂ ਨੂੰ ਬਹੁਤ ਹੀ ਸਹੀ ਢੰਗ ਦੇ ਨਾਲ ਪੇਸ਼ ਕੀਤਾ। ਜੇ ਸਾਡੇ 'ਤੇ ਜ਼ੁਲਮ ਹੁੰਦੇ ਆ ਤਾਂ ਜ਼ੁਲਮ ਸਹਿਣਾ ਵੀ ਤਾਂ ਪਾਪ ਆ, ਇਹ ਗੱਲ ਬਿਲਕੁਲ ਦਰੁਸਤ ਹੈ। ਔਰ ਮੈਂ ਜ਼ਿਆਦਾ ਨਹੀਂ ਗੱਲ ਕਰਨੀ, ਥੋੜ੍ਹੇ ਕਰਨੀ ਆ, ਕਿਉਂਕਿ ਅੱਜ ਦਾ ਯੁੱਗ ਹੈ ਉਹ ਯੁੱਗ ਸਾਨੂੰ ਇਹ ਸਿਖਾਉਂਦਾ ਕਿ ਕਿਸੇ ਵੀ ਗਲਤ ਕੰਮ ਨੂੰ ਹੁੰਦਿਆਂ ਦੇਖ ਕੇ ਅੱਖਾਂ ਨਾ ਮੀਟੋ। ਜੇ ਅਸੀਂ ਅੱਖਾਂ ਮੀਟਦੇ ਹਾਂ ਤਾਂ ਅਸੀਂ ਵੀ ਉਹਨੇ ਹੀ ਭਾਗੀਦਾਰ। ਸਮਾਂ ਬਦਲ ਰਿਹਾ, ਪਿਛਲੇ ਜ਼ਮਾਨੇ ਨੂੰ ਜਿਸ ਤਰ੍ਹਾਂ ਗਿਆਨੀ ਜੀ ਨੇ ਕਿਹਾ, ਜਥੇਦਾਰ ਜੀ ਨੇ ਕਿਹਾ ਕਿ ਉਸ ਜ਼ਮਾਨ ਲਿਆਉਣਾ ਚਾਹੁੰਦੇ ਆ ਕਿ ਜਿਹੜਾ ਬੀਤ ਗਿਆ। ਇਹ ਅੱਜ ਹਰ ਇੱਕ ਸੋਚ ਜਿਹੜੀ ਸਹੀ ਸੋਚ ਆ ਉਹਨੂੰ ਪਤਾ ਵੀ ਹੈ ਕਿ ਅਸੀਂ ਉਹ ਸਮਾਂ ਆਉਣ ਨਹੀਂ ਦੇਣਾ, ਪਰ ਸਾਨੂੰ ਇਸ ਸੋਚ ਦੇ ਉੱਤੇ ਪਹਿਰਾ ਦੇਣ ਦੀ ਲੋੜ ਹੈ। ਸੋ ਮੈਂ ਸਾਰੀ ਸੰਗਤ ਵੱਲੋਂ ਸ੍ਰੀ ਗੁਰੂ ਅਰਦਾਸ ਸਭਾਵਾਂ ਜਿੰਨੀਆਂ ਵੀ ਸਾਡੇ ਯੁਗੇ ਵਿੱਚ ਹਨ, ਜਿੰਨੀ ਸਾਡੀ ਸੰਗਤ ਹੈ, ਉਹਨਾਂ ਵੱਲੋਂ ਮੈਂ ਗਿਆਨੀ ਜੀ ਦਾ, ਜਥੇਦਾਰ ਹਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਗੁਰੂ ਘਰ ਵਿੱਚ ਆ ਕੇ ਆਪਣੇ ਵਿਚਾਰ ਦਿੱਤੇ। ਔਰ ਅਸੀਂ ਇਸ ਦੇ ਉੱਤੇ ਜ਼ਰੂਰ ਸੋਚਾਂਗੇ ਜੀ, ਉਹਨਾਂ ਨੇ ਗੱਲਾਂ ਜੋ ਸਾਡੇ ਨਾਲ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ। ਔਰ ਇਸ ਦੇ ਨਾਲ ਹੀ, ਕਿਉਂਕਿ ਸਮਾਂ ਕਾਫੀ ਹੋ ਚੁੱਕਾ, ਉਹਨਾਂ ਨੇ ਗਾਹਾਂ ਵੀ ਜਾਣਾ, ਮੈਂ ਸ੍ਰੀ ਗੁਰੂ ਅਰਦਾਸ ਸਭਾ ਦੀ ਸਮੁੱਚੀ ਸਾਧ ਸੰਗਤ ਵੱਲੋਂ ਸਾਡੇ ਵੱਡੇ ਭਾਈ ਸਾਹਿਬ ਵਰਿੰਦਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ, ਵੈਲਕਮ ਕਰਦਾ ਕਿ ਉਹਨਾਂ ਦੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਗਿਆਨੀ ਜੀ ਜਥੇਦਾਰ ਸਾਹਿਬ ਆਏ ਸੀ। ਔਰ ਅਸੀਂ ਇਸ ਮਾਹ ਤੋਂ, ਕਿਉਂਕਿ ਇਹਨਾਂ ਨੇ ਜਲਦੀ ਜਾਣਾ, ਸਰੋਪਾ ਦੀ ਜਿਹੜੀ ਰਸਮ ਹੈ ਉਹ ਅਸੀਂ ਜ਼ਰੂਰ ਇਸ ਗੁਰੂ ਘਰ ਵੱਲੋਂ ਜੋ ਸਾਡੀ ਇਹ ਰਸਮ ਹੈ ਉਹ ਜ਼ਰੂਰ ਕਰਨੀ ਹੈ। ਇਸ ਦੇ ਨਾਲ ਹੀ ਮੈਂ ਧੰਨਵਾਦ ਕਰਨਾ ਚਾਹੁੰਦਾ ਸ੍ਰੀ ਗੁਰੂ ਸਿੰਘ ਸਭਾ ਦਾ, ਸਾਡੇ ਪ੍ਰਧਾਨ ਸਾਹਿਬ ਮੱਲੀ ਜੀ, ਸਰਪੰਚ ਸਾਹਿਬ, ਸਾਡੇ ਵੱਡੇ ਵੀਰ ਸਮਰਾ ਜੀ, ਔਰ ਜਿੰਨੇ ਵੀ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਆਏ ਹਨ, ਉਹਨਾਂ ਸਾਰਿਆਂ ਦਾ ਧੰਨਵਾਦ। ਕਿਉਂਕਿ ਜਿਸ ਵੇਲੇ ਅਸੀਂ ਆਪਸ ਵਿੱਚ ਰਲ ਕੇ ਕੋਈ ਕੰਮ ਸਾਂਝ ਵਿਚਾਰ ਕਰਦੇ ਹਾਂ ਤਾਂ ਉਹਦੇ ਵਿੱਚ ਸਾਰੀ ਮਨੁੱਖਤਾ ਦੀ ਗੱਲ ਹੁੰਦੀ ਹੈ। ਸੋ ਅੱਜ ਮੈਂ ਜਿੰਨੀਆਂ ਵੀ ਸ਼ਖਸੀਅਤਾਂ ਇਸ ਗੁਰੂ ਘਰ ਦੇ ਵਿੱਚ ਆਈਆਂ, ਸਾਰੀਆਂ ਸ਼ਖਸੀਅਤਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ।
ਜਿਨ੍ਹਾਂ ਨੇ ਸਾਨੂੰ ਵੀ ਇਹ ਮਾਣ ਬਖਸ਼ਿਸ਼ ਕੀਤਾ ਕਿ ਅਕਾਲ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਆ ਕੇ ਗੁਰੂ ਮਹਾਰਾਜ ਜੀ ਦੇ ਇਸ ਦਰਬਾਰ ਵਿੱਚ ਆਏ। ਸੋ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ। ਅਗਲਾ ਜਿਹੜਾ ਪ੍ਰੋਗਰਾਮ ਹੈ ਮੈਂ ਸ਼ਕਤੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਆਪਾਂ ਜਥੇਦਾਰ ਸਾਹਿਬ ਜੀ ਨੂੰ ਸੋਭਾ ਦੇ ਹਾਂ। ਬਹੁਤ ਬਹੁਤ ਧੰਨਵਾਦ ਜੀ। ਮੈਂ ਸਿਰਫ ਜਥੇਦਾਰ ਸਾਹਿਬ ਜੀ ਦੇ ਸਿੰਘ ਸਰਵਾਨ ਦਾ 2 ਮਿੰਟ ਕਹਿਣਾ ਹਾਂ। ਮੈਂ ਪਹਿਲਾਂ ਤਾਂ ਜਵਾਬ ਦੀ ਸਾਰੀ ਹਰਿਮੰਦਰ ਸਾਹਿਬ ਵੇਖੇ ਜਵਾਬ ਦੀ ਸਿਕਿਉਰਿਟੀ ਟੀਮ ਹੈ ਜਵਾਬ ਅਤੇ ਕੈਪਟਨ ਸਾਹਿਬ ਪਰਨੀਤ ਸਿੰਘ ਹਨ ਅਤੇ ਉਹਨਾਂ ਨਾਲ ਦੱਸਦੀ ਗੱਲਬਾਤ ਹੁੰਦੀ ਰਹਿੰਦੀ ਹੈ। ਉਹਨਾਂ ਸਾਰਿਆਂ ਨੂੰ ਆਪ ਜੀ ਨੂੰ ਲੈ ਕੇ ਸੀ ਆਪ ਨੂੰ ਫਤਿਹ ਬੁਲਾਉਣੀ ਸਾਰੀ ਸਿਕਿਉਰਿਟੀ ਟੀਮ ਵੱਲੋਂ ਅਤੇ ਥੋੜ੍ਹੇ ਸਮੇਂ ਦੇ ਵਿੱਚ ਆਪ ਜੀ ਦੀ ਜੋ ਸੋਚ ਦੇ ਸਟੱਡੀ ਕਰਨ ਦਾ ਸਮਾਂ ਮਿਲਿਆ ਲਾਸਟ ਟਾਈਮ 10 ਦਿਨ 6 ਘੰਟੇ ਆਪ ਜੀ ਦੀਆਂ ਜੋ ਤਕਰੀਰਾਂ ਸੁਣੀਆਂ ਹਿਸਟਰੀ ਸੁਣੀ ਅਤੇ ਉਹ ਇਸ ਗੱਲ ਦਾ ਪ੍ਰਤੀਕ ਹੈ ਕਿ ਆਪ ਜੀ ਦਾ ਅੱਜ ਸ਼੍ਰੀ ਗੁਰਦਾਸ ਸਾਹਿਬ ਜੀ ਤਪਮਸਤਕ ਹੋਣਾ। ਆਪ ਦੀ ਜੋ ਸੋਚ ਹੈ ਬਹੁਤ ਉੱਚੀ ਹੈ, ਸਾਨੂੰ ਆਪ 'ਤੇ ਬਹੁਤ ਆਸ ਹੈ ਔਰ ਆਪ ਜੀ ਨੂੰ ਹੱਥ ਜੋੜ ਕੇ ਅਸੀਂ ਬੇਨਤੀ ਵੀ ਕਰਦੇ ਹਾਂ। ਆਪ ਜੀ ਨੂੰ ਰੱਖਿਆ ਕਿ ਜਾਤ ਪਾਤ ਸਿਸਟਮ ਹੈ ਖਾਸ ਤੌਰ 'ਤੇ ਸਾਡੇ ਮਾਲਵੇ ਵਿੱਚ ਬਹੁਤ ਜ਼ਿਆਦਾ ਹੋਇਆ, ਉਹਨੂੰ ਕਿਸੇ ਤਰ੍ਹਾਂ ਸਾਡੀ ਜੋ ਮਨੁੱਖਾਂ ਦੀ ਸੋਚ ਹੈ ਬੇਨਤੀ ਹੈ ਕਿ ਉਹਨੂੰ ਤੁਸੀਂ ਜਿਸ ਤਰ੍ਹਾਂ ਆਖਦੇ ਹੋ ਲੜਨਾ ਨਹੀਂ ਕਿਸੇ ਨਾਲ ਵਿਚਾਰ ਕਰਨਾ। ਲਾਸਟ ਟਾਈਮ ਮੈਂ ਆਪਦੀ ਇੱਕ ਤਕਰੀਰ ਸੁਣ ਰਿਹਾ ਸੀ ਜੋ ਟੀਵੀ 'ਤੇ ਆਪ ਕਹਿ ਰਹੇ ਸੀ ਕਿ ਲੜਨਾ ਨਹੀਂ, ਲੜਨਾ ਤਾਂ ਕੰਮ ਖਰਾਬ ਹੋ ਜੂਗਾ। ਜੋ ਵਿਚਾਰ ਹਨ ਵਿਚਾਰਾਂ ਨੂੰ ਬੈਠ ਕੇ ਸਾਂਝੇ ਕੀਤਾ ਜਾਵੇ, ਅਗਰ ਵਿਚਾਰ ਨਹੀਂ ਮਿਲਦੇ ਤਾਂ ਆਪਾਂ ਨੂੰ ਕਿਸ ਤਰ੍ਹਾਂ ਮਿਲਣਾ ਹੈ। ਪਰ ਇੱਕ ਦੇ ਵਿਚਾਰ ਨਹੀਂ ਮਿਲਦੇ ਇਕੱਠੇ ਹੋ, ਇਕੱਠੇ ਹੋ ਕੇ ਕੁਛ ਨੂੰ ਲੱਭੇ ਤਾਂ ਇਹ ਜੋ ਅੱਜ ਕੱਲ੍ਹ ਸਿਚੁਏਸ਼ਨ ਹੋ ਰਹੀ ਹੈ ਆਪ ਜੋ ਜਿਸਦਾ ਪ੍ਰਧਾਨ ਜੀ ਆਖਿਆ ਸੀ ਕਿ ਜੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਆਪ ਜੋ ਆਪਣਾ ਨਾਮਾ ਫਰਮਾਨ ਜਾਰੀ ਕਰ ਦਿੰਦੇ ਹੋ ਤਾਂ ਉਸਨੂੰ ਫਿਰ ਸਾਰੀ ਸਿੱਖ ਸੰਗਤ ਨੂੰ ਮੰਨਣਾ ਪਏਗਾ। ਪਹਿਲਾਂ ਕੁਛ ਕੁਛ ਖੁਸ਼ ਲੱਗੀ ਹੈ, ਮੈਨੂੰ ਆਸ ਹੈ ਕਿ ਆਪ ਦੀ ਜੋ ਇਤਨੀ ਜੋ ਪ੍ਰਸ਼ੰਸਾ ਹੋ ਰਹੀ ਹੈ ਤਾਂ ਸਾਨੂੰ ਪੂਰੀ ਆਸ ਹੈ ਕਿ ਆਪ 'ਤੇ ਬਹੁਤ ਆਸਾਂ ਹਨ ਕਿ ਆਪ ਕਰੋਗੇ। ਸਾਨੂੰ ਬਹੁਤ ਬੇਨਤੀ ਹੈ ਕਿ ਜੋ ਤੁਸੀਂ ਕਰੋਗੇ। ਆਪ ਜੀ ਨੇ ਜਾਣਾ ਹੈ, ਸ਼ਰਮਾ ਜੀ ਨੇ ਜਾਣਾ, ਸ਼ਰਮਾ ਜੀ 2 ਮਿੰਟ ਨਹੀਂ, ਹਾਂਜੀ ਕਿਉਂਕਿ ਆਪ ਜੀ ਦਾ 1 ਵਜੇ ਟਾਈਮ ਹੈ ਟੈਂਪਲ ਰੋਡ 'ਤੇ ਮਲੀ ਸਾਹਿਬ ਜੀ। ਤਾਂ ਸਾਰੇ ਹੀ ਪ੍ਰਬੰਧ ਨੂੰ ਬੇਨਤੀ ਹੈ ਕਿ ਬਹੁਤ ਹੀ ਸਤਿਕਾਰ ਜੋ ਸਾਡੇ ਸਿੱਖ ਸਮਾਜ ਦੀ ਹਾਈ ਸਪੋਸਟ 'ਤੇ ਜਥੇਦਾਰ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ ਉਹਨੂੰ ਸੁਰੱਖਿਆ ਨਾਲ ਨਵਾਜਣਾ ਹੈ। ਸਾਰੇ ਪ੍ਰਬੰਧ ਨੂੰ ਬੇਨਤੀ ਹੈ ਕਿ ਸਿੰਘ ਸਾਹਿਬਾਨ ਨੂੰ ਸੁਰੱਖਿਆ ਨਾਲ ਨਵਾਜਿਆ ਜਾਵੇ ਤਾਂ ਉਹਨਾਂ ਅਗਲੇ ਟਾਈਮ 'ਤੇ ਪਹੁੰਚਣਾ ਹੈ। ਉਸ ਤੋਂ ਬਾਅਦ ਸਾਡੇ ਕੁਲਵੰਤ ਸਿੰਘ ਧਾਲੀਵਾਲ ਜੀ ਆਏ ਹਨ, ਉਹਨਾਂ ਦਾ ਵੀ ਬੋਲਣਾ, ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਸਿੰਘ ਸਾਹਿਬਾਨ ਜੀ ਨੂੰ ਬੇਨਤੀ ਹੈ ਕਿ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਆਉਣ ਦੀ ਕਿਰਪਾਲਤਾ ਕਰੋ ਜੀ, ਅਤੇ ਪ੍ਰਧਾਨ ਸਾਹਿਬ ਜੀ ਨੂੰ ਬੇਨਤੀ ਹੈ ਕਿ ਸਿੰਘ ਸਾਹਿਬਾਨ ਜੀ ਨੂੰ ਸੁਰੱਖਿਆ ਨਾਲ ਨਵਾਜੀ ਕਿਰਪਾਲਤਾ ਕਰੋ ਜੀ। ਧੰਨਵਾਦ ਜੀ।
ਨਹੀਂ ਤੁਸੀਂ ਵੀ ਨਾਲ ਹੋ ਜਾਓ ਨਾ। ਹਾਂਜੀ ਇੱਕ ਮਿੰਟ ਇੱਧਰ ਆਓ, ਇੱਕ ਮਿੰਟ ਜੀ, ਇੱਕ ਮਿੰਟ ਕਾਲੀ ਨਾ ਕਰੋ, ਇੱਕ ਸਿਰ ਕਾਲੀ ਨਾ ਕਰੋ, ਇੱਧਰ ਦੇਖੋ ਮਾੜੇ ਠੀਕ ਹੈ। ਹਲੇ ਆਏ ਨਹੀਂ ਹੁੰਦੇ ਠੀਕ ਠਾਕ ਹੋ ਵਧੀਆ। ਤੁਸੀਂ ਸੁਣਾਓ? ਮੈਂ ਇੱਥੇ ਹੀ ਹਾਂ। ਹਾਂ ਵੀ ਚੱਲ ਰਿਹਾ ਆਵਾਜ਼ ਕੌਮ ਟੀ ਵੀ। ਹਾਂਜੀ ਫੇਸਬੁੱਕ ਆਵਾਜ਼ ਕੌਮ। ਹਾਂਜੀ ਮੈਂ ਸਾਰੇ ਚੈਨਲਾਂ 'ਤੇ ਜਾ ਜਾਂਦਾ, ਅਕਾਲ ਚੈਨਲ 'ਤੇ ਜਾਂਦਾ। ਹਾਂਜੀ ਆਗਤ ਸਿੰਘ ਸਾਹਿਬ ਜੀ, ਹਾਂਜੀ ਹਾਂਜੀ ਸਤਸੰਗ ਜੀ, ਹੁਣ ਅਸੀਂ ਗੁਰਦੁਆਰਾ ਸਿੰਘ ਸਭਾ ਰਵਿਦਾਸ ਸਭਾ ਤੋਂ ਸਿੰਘ ਸਾਹਿਬ ਜੀ ਜਾ ਰਹੇ ਹਾਂ ਅਤੇ
ਪ੍ਰੋਗਰਾਮ ਸਮਾਪਤ ਹੋ ਗਿਆ। ਜਿਹੜਾ ਮਰਜ਼ੀ ਬੰਦਾ ਜੀ ਖਚਾਓ 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 ਹਾਂ ਇਹ ਦੇਖ ਲਓ ਟਾਈਮ ਹੈਗਾ ਖੇਤੀ ਕਰ ਲਓ ਕੀ ਗੱਲ ਆ।